ਜੀڑا ਵੀ ਇਨਸਾਨ ਦੁਨੀਆ ਦੇ ਵਿੱਚ ਸਾਨੂੰ ਸਾਡੇ ਗੁਰੂ ਦੀ ਗੱਲ ਦੱਸਦਾ ਹੈ ਸਾਡੇ ਗੁਰੂ ਘਰ ਦੀ ਤਾਰੀਫ਼ ਕਰਦਾ ਹੈ ਉਹਦੀ ਖੂਬਸੂਰਤੀ ਦੇ ਵਿੱਚ ਆਪਣਾ ਕੋਈ ਯੋਗਦਾਨ ਪਾਉਂਦਾ ਹੈ ਉਹਦੇ ਲਈ ਸਾਡਾ ਸਿਰ ਹੱਜ ਆ ਉਹ ਨੂੰ ਅਹੀਂ ਲਫ਼ਜ਼ ਵਰਤਦਿਆਂ ਗੋਦੀ ਮੀਡੀਆ ਗੋਦੀ ਮੀਡੀਆ ਤੇ ਪੂਰਾ ਹੂਆ ਬਣਾਉਂਦਾ ਜੀ ਜਰਾ ਕੋਕੋ ਲੱਗਦਾ ਵੀ ਹੁਣ ਸਾਡੇ ਆਪਣੇ ਅੰਮ੍ਰਿਤਸਰ ਚ ਬੈਠੀ ਹੋਈ ਯੇ ਤਰ੍ਹਾਂ ਕੇ ਤੇ ਥੜੇ ਅਗੀ ਤੇ ਕੋਈ ਨਾ ਕੋਈ ਆਣ ਕੇ ਪਿਆ ਹੈਲੋ ਕੀ ਹੋ ਰਿਹਾ ਬਈ ਹਾਂਜੀ ਪਰ ਮੈਂ ਬੜਾ ਖੁਸ਼ ਹੋਇਆ ਪਾਜੀ ਕਿ ਜੇ ਪਹਿਲਾਂ ਐਂੂ ਲੱਗਦਾ ਜਿਵੇਂ ਪਹਿਲਾਂ ਕਿਤੇ ਸਮਝਾਏ ਨੇ ਲੋਕ ਜਿਹੜਾ ਹੈ ਹੀ ਵੱਡੇ ਦਿਨ ਵਾਲੇ ਨੇ ਉਦਿਪੁਰ ਖੇਤੋਂ ਦੇ ਰਹਿਣ ਵਾਲੇ ਬੰਦਾ ਰੋ ਪਿਆ ਆ ਕੇ ਲਾਮਾ ਅਕਬਾਲ ਜੀ ਦੀ ਉਹ ਜਾ ਕੇ ਮਜ਼ਾਰ ਦੇ ਉੱਤੇ ਉਹ ਗੱਲ ਕਰ ਰਿਹਾ ਯਾਰ ਸਾਰ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਆ ਬੰਦਾ ਥੀ ਲਿਖਣ ਵਾਲਾ ਕਿ ਅਸੀਂ ਆਪਣੇ ਵਾਲੇ ਪਾਸੇ ਇਸ ਤਰ੍ਹਾਂ ਕੈਮਰਾ ਲੈ ਕੇ ਜਾਈਏ ਤੇ ਸ਼ਾਇਦ ਸਾਨੂੰ ਅਲਾਉ ਨਾ ਕਰ। ਮੈਂ ਇਡੀ ਵੱਡੀ ਫਰਾਕ ਦੇ ਲਈ ਤੇ ਮੈਂ ਬਹੁਤ ਹੈਰਾਨ ਆਂ ਔਰ ਮੈਂ ਖੁਸ਼ ਵੀ ਪੜਾ। ਯਾਰ ਲੈ ਜੋ ਹਾਂ ਫੋਟੋਆਂ ਖਿੱਚ ਕੇ ਕੀ ਲੈ ਜੋਗੇ ਹੋਏ। ਅਸਲਾਮ ਵਾਲੇਕਮ ਦੋਸਤੋ ਤੁਸੀਂ ਜੁੜਿਓ ਇਸ ਵੇਲੇ ਪੰਜਾਬੀ ਲਹਿਰ YouTube ਚੈਨਲ ਦੇ ਨਾਲ ਪੰਜਾਬੀ ਲਹਿਰ YouTube ਚੈਨਲ ਪੰਜਾਬ ਦੀ ਤਾਰੀਖ ਨੂੰ ਲੈ ਕੇ ਪੰਜਾਬ ਦੀ ਹਿਸਟਰੀ ਨੂੰ ਲੈ ਕੇ ਉੱਤੇ ਗੱਲਬਾਤ ਕਰੀਦੀ ਆ ਜਾਂ ਦੋਵੇਂ ਮੁਲਕਾਂ ਦੀਆਂ ਪੰਜਾਬਾਂ ਦੀਆਂ ਜਿੱਥੇ-ਜਿੱਥੇ ਦੁਨੀਆਂ 'ਚ ਪੰਜਾਬੀ ਵਸਦੇ ਨੇ ਉਹਨਾਂ ਦੀ ਇੰਟਰੈਕਸ਼ਨ ਨੂੰ ਲੈ ਕੇ ਉਹਨਾਂ ਦੇ ਆਪਸੀ ਰਿਸ਼ਤਿਆਂ ਬਾਰੇ ਬਤ ਨੂੰ ਲੈ ਕੇ ਇੱਕ ਗੱਲਬਾਤ ਜਿਹੜੀ ਕਰੀਦੀ ਆ ਅੱਜ ਅਸੀਂ ਐਸੀ ਗਲੀ 'ਚ ਖੜੇ ਆ ਜਿਹੜੀ ਲਾਹੌਰ ਦੀ ਪਹਿਚਾਨ ਮੇ ਕਹਾਂ ਤੇ ਨਾ ਕੋ ਦੌਰ ਆਇ ਨਹੀਂ ਉਹਦੇ ਚ ਗਲੀ ਸੁਰਜਨ ਸਿੰਘ ਵਾਲੀ ਤੇ ਸਾਡੀ ਖੁਸ਼ਕਿਸਮਤੀ ਕਿ ਸਾਡੇ ਬਹੁਤ ਪਿਆਰੇ ਇਨਸਾਨ ਬਹੁਤ ਵਧੀਆ ਇਨਸਾਨ ਆਪਣਾ ਨਾਮ ਉਹਨਾਂ ਦਾ ਤਾਰਫ ਦੀ ਵੈਸੇ ਤੇ ਲੋੜ ਨਹੀਂ ਬਲਵਿੰਦਰ ਸਿੰਘ ਪਖੋਕੀ ਸਾਹਿਬ ਲਕੀਰਾ ਪ੍ਰੋਗਰਾਮ ਚੱਲਦਾ ਸੀ ਹੁਣ ਪੀਟੀਐਨ 24 ਤੇ ਬਹੁਤ ਸਾਰਾ ਕੰਮ ਦੇਣਾ ਕੀਤਾ ਪਾਰਟ ਜਨ ਸਟੋਰੀਜ਼ ਨੂੰ ਲੈ ਕੇ ਅੱਜ ਸਾਡੇ ਨਾਲ ਨੇ ਗਲੀ ਸੁਰਜਨ ਸਿੰਘ ਦੇ ਵਿੱਚ ਅੱਜ ਦੀ ਬਾਖ ਜਿਹੜੀ ਆ ਉਹ ਪਿਛਲੇ ਸਾਲ ਵੀ ਅਸੀਂ 550 ਸਾਲਾਂ ਦੇ ਵਾਕ ਵਿੱਚ ਬਲਵਿੰਦਰ ਪਖੋਗੀ ਕੀਤਾ ਸੀ ਤੇ ਅੱਜ ਦੀ ਫੇਰ ਵਾਕ ਅੱਜ ਫੇਰ ਸਾਡੀ ਖੁਸ਼ਕਿਸਮਤੀ ਕਿ ਸਾਲ ਡੇਢ ਸਾਲ ਬਾਅਦ ਅੱਜ ਦੇ ਪ੍ਰੋਗਰਾਮ ਦੇ ਹੋਸਟ ਜਿਹੜੇ ਵਾ ਪਖੋਗੀ ਸਾਹਿਬ ਬਣਨਗੇ ਪਖੋਗੀ ਸਾਹਿਬ ਆ ਤੁਹਾਡੇ ਐਂਡਓਵਰ ਕੀ ਬਾਤ ਹੈ ਚਲ ਬਤਾ ਬਕਰ ਬਹੁਤ ਸ਼ੁਕਰੀਆ ਜੀ ਔਰ ਪੰਜਾਬੀ ਲਾਇਰ ਦਾ ਜਿਨ੍ਹਾਂ ਨੇ ਇੱਕ ਵਾਰੀ ਫੇਰ ਮੈਨੂੰ ਮੌਕਾ ਦਿੱਤਾ ਔਰ ਟਿਲੋਂ ਸਾਹਿਬ ਆ ਤੁਹਾਡੀ ਟੀਮ ਦਾ ਤੁਹਾਡਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਗਲੀ ਸੁਰਜਣ ਸਿੰਘ ਚ ਮੈਂ ਨਾਂ ਸੁਣ ਕੇ ਬਹੁਤ ਮੋਤਾਸਰ ਹੋਇਆ ਕਿ ਅਜੇ ਤੱਕ ਕਿਸੇ ਸਰਦਾਰ ਦੇ ਨਾਂ ਦੇ ਉੱਤੇ ਇਹ ਗਲੀ ਵੱਜ ਰਹੀ ਹੈ ਗਲੀ ਸੁਰਜਣ ਸਿੰਘ ਕਿਤੇ ਵੱਡਾ ਤੁਹਾਡਾ ਸ਼ਹਿਰ ਹੈ ਟੂਬਾ ਟੇਕ ਸਿੰਘ ਤੁਸੀਂ ਸਾਡੇ ਨਾਵਾਂ ਦੇ ਉੱਤੇ ਅੱਜ ਤੱਕ ਇਹਨਾਂ ਚੀਜ਼ਾਂ ਨੂੰ ਬਰਕਰਾਰ ਰੱਖਿਆ ਹੈ ਉੱਥੇ ਅਸੀਂ ਸਾਰਾ ਕੁਝ ਬਦਲੀ ਜਾ ਰਹੇ ਹਾਂ ਜੀ ਇਹ ਰੀਸੈਂਟਲੀ ਇਸ ਗਲੀ ਨੂੰ ਡੈਕੋਰੇਟ ਕੀਤਾ ਅੱਛਾ ਜੀ ਇਹ ਦੁਬਾਰਾ ਫਿਰ ਇਹਨੂੰ ਵੋਲ ਸਿਟੀ ਦੇ ਅੰਦਰ ਤੁਸੀਂ ਦੁਬਾਰਾ ਫਿਰ ਉਹ ਨਹੀਂ ਤੁਸੀਂ ਲਾਈਟਾਂ ਗੁਲਸਤੇ ਗੁਲਦਾਨ ਇਹ ਲਾਇਏਗੇ ਬਿਲਕੁਲ ਹਾਂਜੀ ਔਰ ਬਿਲਕੁਲ ਉਹ ਪੁਰਾਣਾ ਲਾਹੌਰ ਮੈਂ ਇਹ ਸਮਝਦਾ ਕਿ ਤੁਹਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਜਦੋਂ ਕਿਤੇ ਬਜ਼ੁਰਗ ਕਿਤੇ ਕੋਈ ਵੇਖਣਗੇ ਕਿ ਗਲੀ ਸੁਰਜਨ ਸਿੰਘ ਦਾ ਉਹੀ ਉਹੀ ਦੇਖਿਆ ਉਹੀ ਲੋਕਿਆ ਉਹੀ ਇਹਦੀ ਚੜਾਈ ਆ ਔਰ ਕੈਸਾ ਮਾਹੌਲ ਆ ਕਿ ਉਸ ਉਸ ਦੀ ਤੁਸੀਂ ਪ੍ਰਾਤਨਤਾ ਅਸੀਂ ਸ਼ਬਦ ਕਵਾਂਗੇ ਜਾਂ オリਜినੈਲਿਟੀ ਨੂੰ ਆ ਤੁਹਾਡੇ ਜਿਹੜੇ ਵਿਸ਼ੇਸ਼ ਮਹਿਕਮੇ ਜਿਹੜੇ ਇਹਨੂੰ ਸੰਭਾਲ ਕੇ ਰੱਖ ਰਹੇ ਆ ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਆ ਕਮਪੇ ਪਾਕਿਸਤਾਨ ਦੇ ਬੜੇ ਸ਼ੁਕਰਗੁਜ਼ਾਰ ਆ ਜਿਨ੍ਹਾਂ ਦੀ ਬਦੌਲਤ ਲਾਹੌਰ ਦੀਆਂ ਗਲੀਆਂ ਦੇ ਵਿੱਚ ਖੁੱਲੇ ਫਿਰ ਰਹੇ ਆ ਜੀ ਤੇ ਬਹੁਤ ਸਾਡੇ ਲਈ ਬਹੁਤ ਵੱਡਾ ਇਹ ਮਾਣ ਵਾਲੀ ਗੱਲ ਹੈ ਢੰਡੋ ਸਾਹਿਬ ਕਿ ਸਾਨੂੰ ਇਸ ਵਾਰ ਖਾਲਸਾ ਪੰਥ ਦਾ ਸਾਜਨਾ ਦਿਵਸ ਜਿਹੜਾ ਇਹ ਪਾਕਿਸਤਾਨ ਦੀ ਧਰਤੀ ਦੇ ਉੱਤੇ ਮਨਾਉਣ ਦਾ ਜਿਹੜਾ ਸਾਨੂੰ ਮੌਕਾ ਮਿਲਿਆ 322ਵਾਂ ਖਾਲਸਾ ਪੰਥ ਦਾ ਸਾਜਨਾ ਦਿਵਸ ਫਿਰ ਇੱਥੇ ਹੀ ਆ ਲਾਹੌਰ ਦੇ ਗੁਰਦੁਰਾ ਡੇਰਾ ਸਾਹਿਬ ਦੇ ਵਿੱਚ ਸਾਨੂੰ ਨਵੇਂ ਪਾਸ਼ਾ ਸਾਈਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਦਿਹਾੜਾ ਮਨਾਉਣ ਦਾ ਮੌਕਾ ਮਿਲਿਆ ਇਹ ਸਾਡੇ ਲਈ ਬਹੁਤ ਵੱਡਾ ਮਾਣ ਹੈ ਜੀ ਕਿ ਇਸ ਪਵਿੱਤਰ ਧਰਤੀ ਦੇ ਉੱਤੇ ਜਿੱਥੇ ਮੈਂ ਇਹ ਗੱਲ ਮੈਂ ਬਾਰ-ਬਾਰ ਕਹੀ ਹੈ ਕਿ ਵਕ ਵਕ ਚੈਨਲ ਦੇ ਉੱਤੇ ਕਹੀ ਹੈ ਕਿ ਇਹ ਬੜੀ ਮੁਕੱਦਸ ਧਰਤੀ ਹੈ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਇਸ ਦੁਨੀਆ ਤੇ ਆਉਣ ਲਈ ਵੀ ਤੇ ਇਸ ਦੁਨੀਆ ਤੋਂ ਰੁਖਸਤ ਹੋਣ ਵੇਲੇ ਵੀ ਇਹ ਧਰਤੀ ਚੁਣੀ ਆ ਤੇ ਫਿਰ ਇਹ ਬਹੁਤ ਖਾਸ ertid ਹੈ ਅੱਜਾ ਬੱਕੀ ਸਾਹਿਬ ਕਿਸ ਤਰ੍ਹਾਂ ਲੱਗ ਰਿਹਾ ਹੁਣ ਜੇ ਮੈਂ ਗੱਲ ਕਰਾਂ ਆਪਾਂ ਪਿਛਲੇ ਸਾਲ ਵੀ ਗੱਲਾਂ ਬਾਤਾਂ ਕਰਦੇ ਸਾਂ ਸਾਨੂੰ ਸਾਡੀਆਂ ਦੋਵਾਂ ਸਰਕਾਰਾਂ ਨੂੰ ਲੋੜ ਕਿਸ ਗੱਲ ਦੀ ਹੈ ਕਿ ਆਪਾਂ ਲੋਕਾਂ ਨੂੰ ਹੋਰ ਨਜ਼ਦੀਕ ਲਿਆ ਸਕੀਏ ਲੋਕਾਂ ਲਈ ਆਸਾਨੀਆਂ ਪੈਦਾ ਕਰ ਸਕੀਏ ਅਸੀਂ ਆਵਾਮ ਕੀ ਆਵਾਜ਼ ਚੁੱਕ ਸਕਦੇ ਹਾਂ ਕਿ ਆਪਣੀ ਆਵਾਜ਼ ਅਸੀਂ ਉਹਨਾਂ ਬਰਸਰੇ ਇਕਤਧਾਰ ਲੋਕ ਜਿਹੜੇ ਉਹਨਾਂ ਤੱਕ ਪਹੁੰਚਾ ਸਕਦੇ ਆ ਵੀ ਅਸੀਂ ਆਸਾਨੀਆਂ ਚਾਹੁੰਦੇ ਆ ਅਸੀਂ ਇਹ ਮੁਸ਼ਕਲਾਂ ਨਹੀਂ ਚਾਹੁੰਦੇ ਬਲਵਿੰਦਰ ਪੱਖੋ ਕੀ ਜੇ ਸੁਰਜਨ ਸਿੰਘ ਗਲੀ ਜੇ ਫੇਰ ਰਿਹਾ ਤੇ ਸਾਡੇ ਵੱਲੋਂ ਇਧਰ ਬਾਬਾ ਹੰਦ ਇਹ ਬਾਬਾ ਬशीर ਉਹ ਜਾ ਕੇ ਦਰਬਾਰ ਸਾਹਿਬ ਦੀਆਂ ਗਲੀਆਂ ਜੇ ਵੀ ਫਿਰਨਾ ਚਾਹੁੰਦੇ ਬਿਲਕੁਲ ਸਾਨੂੰ ਕੀ ਸੁਝਾਅ ਦੇਣੇ ਚਾਹੀਦੇ ਨੇ ਕੀ ਕਰਨ ਦੀ ਲੋੜ ਅ ਮੈਨੂੰ ਲੱਗਦਾ ਜੀ ਬਹੁਤ ਸਾਰੀ ਦੁਨੀਆ ਹੁਣ ਤੇ ਗਲੋਬਲ ਵਿਲੇਜ ਬਣ ਗਿਆ ਟੈਕਨੋਲੋਜੀ ਇਤਰਾਹ ਦੀ ਹੋ ਗਈ ਹੈ ਕਿ ਕਿਤੇ ਵੀ ਤੁਸੀਂ ਇੱਕ ਦੂਸਰੇ ਦੇ ਨਾਲ ਤੁਸੀਂ رابطہ ਕਰ ਸਕਦੇ ਹੋ ਔਰ ਜਿਹੜੀ ਗੱਲ ਮੈਂ ਕਮਾਂਗਾ ਕਿ ਸਾਡੇ ਮਨ ਦੇ ਵਿੱਚ ਵੀ ਜਿਤਨਾ ਤੁਹਾਡੇ ਮਨ ਚ ਖਿੱਚਿਆ ਕਿ ਅਸੀਂ ਵੀ ਅਮਰਸਰ ਦੀਆਂ ਗਲੀਆਂ ਚ ਫਿਰੀਏ ਅਸੀਂ ਵੀ ਜਾ ਕੇ ਅਜਮੇਰ ਸ਼ਰੀਫ ਦੇ ਖੋਲੇ ਦਰਸ਼ਨ ਦਿਦਾਰੇ ਕਰ ਸਕੀਏ ਸਾਡੇ ਮਨ ਦੇ ਵਿੱਚ ਵੀ ਇਹ ਤਾਂ ਗਿਆ ਕਿ ਅਸੀਂ ਵੀ ਜਿਤਨਾ ਤੁਸੀਂ ਸਾਡੇ ਲਈ ਇਤਰਾਹ ਬਾਹਾਂ ਉਲਾਰ ਕੇ ਖੜੇ ਹੁੰਦੇ ਹੋ ਨਾ ਅਸੀਂ ਵੀ ਉਸੇ ਤਰ੍ਹਾਂ ਹੀ ਖੜੇ ਹੋਈਏ ਅਸੀਂ ਵੀ ਤੁਹਾਡੇ ਫੁੱਲਾਂ ਦੇ ਗਲਾਂ ਦੇ ਤੁਹਾਡੇ ਚ ਹਾਰ ਪਾਈਏ ਤੇ ਉਸੇ ਤਰ੍ਹਾਂ ਹੀ ਅਸੀਂ ਤੁਹਾਡਾ ਇਸਤੇਮਾਲ ਕਰ ਸਕੀਏ ਤੇ ਇਹ ਸਾਹ ਜਿ ਛਾਲੀ ਹੋਰ ਵਧੀਏ ਪਰ ਮੈਂ ਸਮਝਣਾ ਕਿ ਕੁਝ ਮੁਤਸਬੀ ਸੋਚਦੇ ਲੋਕ ਨੇ ਸਾਡੇ ਪੰਜਾਬੀ ਚ ਕਹਿੰਦੇ ਸੌੜੀ ਸੋਚ ਦੇ ਲੋਕ ਤੰਗ ਜਿਨ੍ਹਾਂ ਦਾ ਨਜ਼ਰੀਆ ਹੁੰਦਾ ਉਹ ਇਸ ਗੱਲ ਤੇ ਪਤਾ ਨਹੀਂ ਉਹਨਾਂ ਦਾ ਇਸ ਗੱਲ ਚ ਕੀ ਫਾਇਦਾ ਵੀ ਜੇ ਸਾਰੀ ਦੁਨੀਆ ਸੀ ਇੱਕ ਪਰਿਵਾਰ ਵਾਂਗੂ ਵੱਸਦੇ ਰਸਦੇ ਆ ਹੁਣ ਜਿੱਦਾਂ ਸਾਰਾ ਯੂਰਪ ਇਕੱਠਾ ਹੋ ਗਿਆ ਬਰਲਿਨ ਦੀ ਦੀਵਾਰ ਦੇਖੀ ਹੈ ਯਾਰ ਇਹ ਵਾਗੇ ਦੀ ਲਕੀਰ ਕਿਉਂ ਨਹੀਂ ਮਿਟ ਸਕਦੀ ਕਿਲੀ ਕਵੱਡੀ ਗੱਲ ਆ ਉਧਰ ਵੀ ਸਾਨੂੰ ਇੱਕ ਸੈਕਿੰਡ ਲਈ ਨਹੀਂ ਇਹ ਗੱਲ ਦਾ ਅਹਿਸਾਸ ਹੁੰਦਾ ਕਿ ਅਸੀਂ ਕਿਸੇ ਦੂਸਰੇ ਮੁਲਕ 'ਚ ਆਂ ਤੁਹਾਡੀ ਬੋਲੀ ਸਾਡੇ ਵਰਗੀ ਤੁਹਾਡਾ ਪਹਿਰਾਵਾ ਸਾਡੇ ਵਰਗਾ ਤੁਹਾਡਾ ਦੇਖਣਾ ਚਾਖਣਾ ਤੁਹਾਡੇ ਸਿਰ ਤੇ ਪੱਗ ਬੰਨਦੀ ਐ ਤੇ ਫਿਰ ਕਿਸੇ ਨੇ ਕਹਿਣਾ ਹੀ ਨਹੀਂਗਾ ਵੀ ਇਹ ਇੱਕ ਮੁਸਲਮਾਨ ਆ ਜਾਂ ਨਾਸਰ ਚਲਵਾ ਜਾਂ ਪਾਕਿਸਤਾਨ ਦਾ ਕੋਈ ਬਾਸ਼ੰਦਾ ਤੇ ਇਸੇ ਤਰ੍ਹਾਂ ਹੀ ਸਾਡੇ ਵੀ ਕਈ ਬੇਸ਼ਕਮ ਨੌਜਵਾਨ ਨੇ ਜਿਨ੍ਹਾਂ ਨੇ ਤੁਹਾਡੇ ਵਾਂਗੂ ਕਟਿੰਗ ਕੀਤੀਆਂ ਨੇ ਵਾਲ ਉਹਨਾਂ ਨੇ ਕਟੇ ਨੇ ਉਹਨਾਂ ਦਾ ਇੱਥੇ ਪਤਾ ਨਹੀਂ ਲੱਗਦਾ ਕਿ ਇਹ ਜਥੇ ਨਾਲ ਆਇਆ ਬੰਦਾ ਹਾਂਜੀ ਆਰਾਮ ਨਾਲ ਇਥੇ ਤੁਰੇ ਫਿਰਦੇ ਰਹਿੰਦੇ ਨੇ ਖੁੱਲਾ ਇਸੇ ਤਰ੍ਹਾਂ ਦੀਆਂ ਪਾਬੰਦੀਆਂ ਜਿਹੜੀਆਂ ਨੇ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਇਨਸਾਨ ਜਿਹੜਾ ਨਾ ਜੇ ਇਨਸਾਨੀਅਤ ਦੀ ਗੱਲ ਕਰੀਏ ਤੇ ਇਨਸਾਨ ਨੂੰ ਇਨਸਾਨ ਦੇ ਨਾਲ ਮਿਲਣ ਵਾਲੇ ਰੋਕਣ ਤੋਂ ਵੀ ਅਸੀਂ ਇਨਸਾਨ ਹੀ ਰੋਕਦੇ ਹਾਂ ਕੁਝ ਮੁਠੀ ਪਰ ਲੋਕ ਹੁੰਦੇ ਨੇ ਆ ਜਿਹੜੇ ਪਤਾ ਨਹੀਂ ਉਹਨਾਂ ਦਾ ਇਹਦੇ ਵਿੱਚ ਕੀ ਫਾਇਦਾ ਅੱਜ ਤੁਸੀਂ ਸਾਡੇ ਵਾਲੇ ਪਾਸਿਓਂ ਆਓ ਅਸੀਂ ਤੁਹਾਡੇ ਵਾਲੇ ਪਾਸੇ ਸਾਨੂੰ ਇੰਨਾ ਵਧੀਆ ਤੁਹਾਡਾ ਕੱਪੜਾ ਲੱਗਦਾ ਸਾਡੇ ਇੱਥੇ ਦੇ ਮੈਂ ਕਈ ਵਾਰੀ ਕਹਿੰਦਾ ਵੀ ਜੇ ਕਿਤੇ ਆ ਖੁੱਲ ਜਾਣ ਪਾਬੰਦੀਆਂ ਹਟ ਜਾਣ ਤੇ ਇੱਥੇ ਪੀਪੀ 02 ਦੀਆਂ ਗੱਡੀਆਂ ਐਉਂ ਫਿਰਨ ਲਾਹੌਰ ਦੇ ਵਿੱਚ ਵੀ ਜਿਵੇਂ ਤੇ ਇਧਰ ਉਹ ਐਲਈਐਚ ਤੇ ਐਲ ਵਾਲੀਆਂ ਗੱਡੀਆਂ ਨੰਬਰ ਅੰਮ੍ਰਿਤਸਰ ਚ ਫਿਰਨ ਹਾਂਜੀ ਤੇ ਅਸੀਂ ਸਵੇਰੇ ਨਾਸ਼ਤਾ ਮਤਲਬ ਘਰੋਂ ਕਰੀਏ ਦੇ ਡਿਨਰ ਤੁਹਾਡੇ ਕੋ ਕਰੀਏ ਤੁਸੀਂ ਨੈਕਸਟ ਡੇ ਲੰਚ ਸਾਡੇ ਕੋਲ ਕਰੋ ਅੰਮ੍ਰਿਤਸਰ ਜਾਣ ਕੇ ਤੇ ਕਿੰਨੀ ਵਧੀਆ ਗੱਲ ਹੋਵੇ ਭਾਜੀ ਇਸ ਤੋਂ ਵਧੀਆ ਇਸ ਤੋਂ ਕਿਉਂਕਿ ਇੱਕ ਇਸ ਏਸ਼ੀਆ ਦੇ ਏਸ਼ੀਆ ਮਹਾਦੀਪ ਦੇ ਖਿੱਤੇ ਦੇ ਵਿੱਚ ਸ਼ਾਂਤੀ ਬਰਕਰਾਰ ਰੱਖਣ ਦੇ ਲਈ ਸਾਡੇ ਦੋ ਮੁਲਕਾਂ ਦਾ ਆਪਸੀ ਪ੍ਰੇਮ ਪਿਆਰ ਵਪਾਰ ਹੋਣਾ ਬਹੁਤ ਜ਼ਰੂਰੀ ਹੈ ਖੁਦਾ ਨਾ ਖਾਸਤਾ ਅਗਰ ਕਦੀ ਇੱਕ ਉਹ ਗੱਲ ਹੋ ਜਾਂਦੀ ਹੈ ਕਿ ਇਹ ਕੱਲਾ ਦੋਆਂ ਮੁਲਕਾਂ ਦੀ ਗੱਲ ਨਹੀਂ ਪੂਰਾ ਏਸ਼ੀਆ ਮਹਾਦੀਪ ਜਿਹੜਾ ਖਤਰੇ 'ਚ ਪੈ ਸਕਦਾ ਕਿਉਂਕਿ ਹੁਣ ਟੈਕਨੋਲੋਜੀ ਇੰਨੀ ਐਡਵਾਂਸ ਆ ਵੈਪਨਸ ਜਿੰਨੀ ਜ਼ਬਰਦਸਤ ਆ ਗਈ ਨੇ ਤੇ ਅਸੀਂ ਤੇ ਉਹੀ ਅਰਦਾਸ ਕਰਦੇ ਆ ਸਤਿਗੁਰਾਂ ਦੀ ਇਸ ਪਵਿੱਤਰ ਧਰਤੀ ਤੇ ਕਿ ਉਹ ਜਿੱਥੇ ਆਗੇ ਨੇ ਉਹ ਪਏ ਹੀ ਰਹਿ ਜਾਣ ਸਾਨੂੰ ਨਹੀਂ ਲੋੜ ਉਹਨਾਂ ਦੀ ਸਾਨੂੰ ਤੇ ਪਿਆਰ ਮੁਹੱਬਤ ਦੀ ਲੋੜ ਆ ਇੱਕ ਦੂਸਰੇ ਦੇ ਨਾਲ ਮੈਂ ਅਕਸਰ ਕਹਿੰਦਾ ਕਿ ਇੱਕ ਵਾਰੀ ਵੇਖ ਬਾਹਾਂ ਨੂੰ ਉਲਾਰ ਕੇ ਤੇ ਫਿਰ ਮੈਂ ਵਿਖਾਉ ਤੈਥੋਂ ਜਿੰਦਵਾਰ ਕੇ ਹਾਂਜੀ ਸਾਡੇ ਲਈ ਤੁਸੀਂ ਬਾਹਾਂ ਉਲਾਰੀਆਂ ਨੇ ਅਸੀਂ ਉਹਦਾ ਹਮੇਸ਼ਾ ਸ਼ੁਕਰਗੁਜ਼ਾਰ ਆ ਔਰ ਜੋ ਹਕੂਮਤੇ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਦਾ ਸਾਨੂੰ ਤੋਹਫਾ ਦਿੱਤਾ ਹੈ ਜਿਹੜਾ ਵੀ ਇਨਸਾਨ ਦੁਨੀਆ ਦੇ ਵਿੱਚ ਸਾਨੂੰ ਸਾਡੇ ਗੁਰੂ ਦੀ ਗੱਲ ਦੱਸਦਾ ਹੈ ਸਾਡੇ ਗੁਰੂ ਘਰ ਦੀ ਤਾਰੀਫ ਕਰਦਾ ਹੈ ਉਹਦੀ ਖੂਬਸੂਰਤੀ ਦੇ ਵਿੱਚ ਆਪਣਾ ਕੋਈ ਯੋਗਦਾਨ ਪਾਉਂਦਾ ਹੈ ਉਹਦੇ ਲਈ ਸਾਡਾ ਸਿਰ ਹਾਜ਼ਰ ਹੈ ਉਹਦੇ ਲਈ ਸਾਡੀ ਜਾਨ ਵੀ ਹਾਜ਼ਰ ਹੈ ਜੇ ਕੋ ਮੰਗੇ ਤੇ ਅਸੀਂ ਇੱਕ ਮਿੰਟ ਲਾਈਏ ਜੇ ਕੋ ਸਾਡੇ ਕੀ ਕਿੰਨੇ ਉਪਰਾਂ ਘਾਲੇ ਵੀ ਸਾਨੂੰ ਇੱਕ ਦੂਜੇ ਲਈ ਆਸਾਨੀਆਂ ਪੈਦਾ ਕਰਨੀ ਉਹਦੇ ਲਈ ਟ੍ਰੇਡ ਦੀ ਜੇ ਆਪਾਂ ਗੱਲ ਕਰਦੇ ਆਂ ਯਾ ਟੂਰਿਜ਼ਮ ਦੀ ਗੱਲ ਕਰਦੇ ਆ ਸਾਰਾ ਕੁਝ ਪ੍ਰਮੋਟ ਤਾਂ ਹੀ ਹੋ ਸਕਦਾ ਇੱਕ ਦੂਜੇ ਕੋ ਆਪਾਂ ਫਾਇਦਾ ਵੀ ਤਾਂ ਹੀ ਚੁੱਕ ਸਕਦੇ ਆ ਵੀ ਜੇ ਆਪਾਂ ਇੱਕ ਦੂਜੇ ਦੀ ਗੱਲ ਬਣੀਏ ਇੱਕ ਦੂਜੇ ਨੂੰ ਜਾਣੀਏ ਇੱਕ ਦੂਜੇ ਨੂੰ ਪਰਖੀਏ ਇੱਕ ਦੂਜੇ ਦੀਆਂ ਚੰਗਿਆਈਆਂ ਨੂੰ ਜਾਣੀਏ ਇੱਕ ਦੂਜੇ ਦੀਆਂ ਬੁਰਾਈਆਂ ਨੂੰ ਜਾਣੀਏ ਬਿਲਕੁਲ ਠੀਕ ਬਿਲਕੁਲ ਠੀਕ ਹੈ ਜੀ ਵੇਖੋ ਜੀ ਸਾਨੂੰ ਤੇ ਸਾਡੇ ਗੁਰੂ ਸਾਹਿਬਾਨ ਨੇ ਸੰਦੇਸ਼ ਹੀ ਸਾਂਝੀ ਵਾਲਤਾ ਦਾ ਦਿੱਤਾ ਜਿਹੜਾ ਬੰਦਾ ਸਾਡੇ ਮੈਂ ਜੀ ਸਿੱਖ ਕਮਿਊਨਿਟੀ ਦੀ ਆਪਣੀ ਦੀ ਗੱਲ ਕਰਾਂ ਵੀ ਜੇ ਕੋਈ ਬੰਦਾ ਪੱਗ ਵਾਲਾ ਸਰਦਾਰ ਅਮਰਤਾਰੀ ਬੰਦਾ ਇਹ ਕੋ ਗੱਲ ਕਰਦਾ ਨਾ ਵੀ ਆ ਹਿੰਦੂਈ ਆ ਮੁਸਲਮਾਨੀ ਆ ਇਸਾਈਆ ਆ ਆਖਰ ਕੋਈ ਹੋਰ ਧਰਮ ਨਾ ਉਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਸਾਡੇ ਧਰਮ ਦੇ ਵਿੱਚ ਬੜਾ ਸਤਿਕਾਰ ਦਿੱਤਾ ਗਿਆ ਗੁਰੂ ਸਾਹਿਬਾਨ ਨੇ ਬਾਬਾ ਫਰੀਦ ਜੀ ਦੀ ਬਾਣੀ ਉਹਨੂੰ ਵੀ ਉਨਾ ਹੀ ਮੱਥਾ ਜਦੋਂ ਮੱਥਾ ਟੇਕਦਾ ਇੱਕ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਤੇ ਬਾਬਾ ਫਰੀਦ ਜੀ ਨੂੰ ਵੀ ਮੱਥਾ ਟੇਕਦਾ ਕਿਉਂਕਿ ਬਾਣੀ ਵਿੱਚ ਦਰਜ ਹੈ ਹਾਂਜੀ ਕਿਸੇ ਨੇ ਨਹੀਂ ਇਹ ਫਰਕ ਰੱਖਿਆ ਕਿ ਉਹ ਇੱਕ ਮੁ슬ਮਾਨ ਹੈ ਤੇ ਉਹਦੀ ਬਾਣੀ ਵਿੱਚ ਕਿਉਂ ਅਸੀਂ ਦਰਜ ਕਰੀਏ ਕਿਉਂਕਿ ਜਿੱਥੇ ਮਾਨਵਤਾ ਦੀ ਮਨੁੱਖਤਾ ਦੀ ਸਾਂਝੀ ਵਾਲਤਾ ਦੀ ਗੱਲ ਕਿਸੇ ਵੀ ਭਗਤ ਨੇ ਕੀਤੀ ਹੈ ਕਿਸੇ ਵੀ ਇਸ ਤਰ੍ਹਾਂ ਦੇ ਪੈਗੰਬਰ ਨੇ ਕੀਤੀ ਹੈ ਤੇ ਉਹਦਾ ਉਹਨੂੰ ਪੂਰਾ ਸਤਿਕਾਰ ਦਿੱਤਾ ਗਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਥੇ ਤੇ ਸਾਡੇ ਸਾਡੇ ਦੇ ਦਰਵਾਜ਼ੇ ਚਾਰੇ ਖੁੱਲੇ ਨੇ ਹਾਂਜੀ ਤੇ ਨਾ ਕੋ ਬੈਰੀ ਨਾ ਹੀ ਬੇਗਾਨਾ ਸਕਲ ਸੰਗ ਹਮਕੋ ਬਨਾਈ ਇਸ ਤਰ੍ਹਾਂ ਸਾਨੂੰ ਗੁਰੂ ਸਾਹਿਬਾਨ ਨੇ ਦੱਸਿਆ ਕਿ ਸਬੇ ਸਾਂਝੀ ਵਾਲ ਸਦੈਨ ਕੋਈ ਨਾ ਦਿਸੇ ਬਾਹਰਾ ਜਿਓ ਇਹਦਾ ਮਤਲਬ ਹੈ ਸਾਰੇ ਇੱਕੋ ਜਿਹੇ ਨੇ ਸਾਨੂੰ ਕੋਈ ਬਾਹਰ ਦਾ ਨਜ਼ਰ ਨਹੀਂ ਆਉਂਦਾ ਇਹ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸਿਖਾਇਆ ਤੇ ਜਿਹੜਾ ਬੰਦਾ ਕੋਈ ਇਸ ਤਰ੍ਹਾਂ ਦਾ ਫਰਕ ਰੱਖਦਾ ਹੈ ਇਸ ਤਰ੍ਹਾਂ ਦੀ ਸੋਚ ਰੱਖਦਾ ਹੈ ਉਹ ਬੇਸ਼ੱਕ ਤੁਹਾਨੂੰ ਵੇਖਣ ਨੂੰ ਸਿੱਖ ਲੱਗਦਾ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਹਾਂਜੀ ਗੁਰੂ ਸਾਹਿਬ ਹੁਣ ਮੈਂ ਥੋੜਾ ਜਿਆ ਪੁੱਛਣਾ ਚਾਹੁੰਨਾ ਵੀ ਤੁਸੀਂ ਮੀਡੀਆ ਨਾਲ ਰਿਲੇਟਡ ਲੋਕਾਂ ਦੇ ਵਿਚਰਦੇ ਹੋ ਲੋਕਾਂ ਨਾਲ ਗੱਲਬਾਤ ਕਰਦੇ ਹੋ ਅਸੀਂ ਬੈਠੇ ਹਾਂ ਜੂਨ ਸੁੰਦਰ ਸਿੰਘ ਇੱਕ ਥੜੇ ਦੇ ਬੈਗੇ ਸੁੰਦਰ ਸੁਰਜਨ ਸਿੰਘ ਵਾਲੇ ਦੀ ਗਲੀ ਦੇ ਥੜੇ ਦੇ ਲੋਕਾਂ ਦੇ ਵਿੱਚ ਜਾਂਦੇ ਹੋ ਜੀ ਪਾਕਿਸਤਾਨ ਨੂੰ ਲੈ ਕੇ ਸਰਦਾਰਾਂ ਦਾ ਜਾਂ ਓਵਰঅল ਇੰਡੀਆ ਚ ਕੀ ਇਮੇਜ ਹੈ ਜਾਂ ਜੋ ਕੋਈ ਸਾਜਤਾ ਮੀਡੀਆ ਨੇ ਵਖਾਇਆ ਉਹਦੇ ਬ੍ਰੈਕਸਨ ਸੋਸ਼ਲ ਮੀਡੀਆ ਉਹਨੂੰ ਕਲੀਨ ਕਰ ਰਿਹਾ ਕਿਤੇ ਨਾ ਕਿਤੇ ਬਹੁਤ ਵੱਡੀ ਪੱਦਰ ਤੇ ਕਿਉਂਕਿ ਜਿਹੜਾ ਸਾਡਾ ਇੱਕ ਉਹਨੂੰ ਅਸੀਂ ਲਫ਼ਜ਼ ਵਰਤਦੀਆਂ ਗੋਦੀ ਮੀਡੀਆ ਗੋਦੀ ਮੀਡੀਆ ਤੇ ਪੂਰਾ ਹਵਾ ਬਣਾਉਂਦਾ ਜੀ ਜਰਾ ਕੋ ਕੋ ਗੱਲ ਹੋ ਗਈ ਜੀ ਉਹ ਸਿੱਖਾਂ ਦੀ ਕੁੜੀ ਕੋਈ ਮੁਸਲਮਾਨ ਮੁੰਡਾ ਲੈ ਗਿਆ ਉਹਨੂੰ ਇੰਨਾ ਜ਼ਿਆਦਾ ਰਿਪੀਟ ਕੀਤਾ ਜਾਂਦਾ ਉਹ ਇਦਾਂ ਰੌਲਾ ਪਾਇਆ ਜਾਂਦਾ ਹਾਂ ਮੈਂ ਆਖਿਆ ਜੀ ਉਹਨੂੰ ਰਿਪੀਟ ਕਰਨੋਂ ਹਟਦੀ ਨਹੀਂ ਪਿਛੇ ਬਕਾਇਦਾ ਉਹ ਫਾਇਰ ਦੀਆਂ ਫੋਟੋ ਲਾ ਕੇ ਨਾ ਅੱਗ ਬੜਨ ਰਹੀ ਹੈ ਤੇ ਉਹ ਫਲੈਸ਼ ਕਰਦੇ ਆ ਉਹ ਇਹ ਹੋ ਗਿਆ ਇਸ ਤਰ੍ਹਾਂ ਹੋ ਗਿਆ ਹਾਂਜੀ ਹਾਂਜੀ ਬਾਕੀ ਅਸੀਂ ਵੇਖਿਆ ਭਾਜੀ ਵੀ ਇੰਨੀ ਜ਼ਿਆਦਾ ਰਿਸਪੈਕਟ ਵੀ ਅਸੀਂ ਉੱਥੇ ਮinare ਪਾਕਿਸਤਾਨ ਕੋਲ ਖੜੇ ਸੀ ਸਾਡੇ ਕੋਲ ਮੁਸਲਮ ਫੈਮਲੀਆਂ ਆਉਂਦੀਆਂ ਸੀ ਉਹਨਾਂ ਦੀਆਂ ਯੰਗ ਬੇਟੀਆਂ ਨਾਲ ਸੀ ਉਹ ਸਾਡੇ ਨਾਲ ਤਸਵੀਰਾਂ ਖਿਚਾਰੀਆਂ ਸੀ ਔਰ ਕਿਤੇ ਸਾਨੂੰ ਫਰਕ ਨਹੀਂ ਲੱਗਾ ਇਸੇ ਤਰ੍ਹਾਂ ਮੈਂ ਉਮੀਦ ਕਰਦਾ ਕਿ ਜਿਹੜੀਆਂ ਇੱਥੇ ਸਿੱਖ ਪਰਿਵਾਰ ਰਹਿੰਦੇ ਨੇ ਉਹਨਾਂ ਦੀਆਂ ਬਹੂ ਬੇਟੀਆਂ ਦੀਆਂ ਵੀ ਸਾਡੇ ਜਿਹੜੇ ਮੁਸਲਮ ਭਾਈਚਾਰੇ ਦੇ ਲੋਕ ਨੇ ਰਿਸਪੈਕਟ ਕਰਦੇ ਹੋਣਗੇ ਬਾਕੀ ਰਹੀ ਕਿਤੇ ਨਾ ਕਿਤੇ ਇਕਾ ਦੁਕਾ ਘਟਨਾਵਾ ਇਹ ਹੋ ਜਾਣੀਆਂ ਜਿਹੜੀਆਂ ਨੇ ਇਹ ਸੁਭਾਵਕ ਆ ਇਹਨਾਂ ਤੋਂ ਮੁਨਕਰ ਵੀ ਨਹੀਂ ਹੋਇਆ ਜਾ ਸਕਦਾ ਪਰ ਹੁਣ ਇੱਕ ਬੰਦੇ ਦੀ ਗਲਤੀ ਨੂੰ ਸਾਰੀ ਕਮਿਊਨਿਟੀ ਤੇ ਥੋਪ ਦੇਣਾ ਪੂਰੇ ਮੁਲਕ ਤੇ ਥੋਪ ਦੇਣਾ ਇਹ ਵੀ ਕੋਈ ਸਿਆਣਪ ਨਹੀਂ ਇਹ ਕੋਈ ਗੱਲ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਬਾਕੀ ਅਸੀਂ ਇੱਥੇ ਵੇਖਿਆ ਵਾ ਈਵਨ ਕਿ ਅਸੀਂ ਵੇਖਿਆ ਹੁਣ ਅਭਾ ਇੱਕ ਰਾਤ ਦਾ ਟਾਈਮ ਆ ਹਾਂ ਤੇ ਗਲੀਆਂ 'ਚ ਫਿਰ ਰਹੇ ਹਾਂ ਤੇ ਲੋਕ ਵੀ ਵੇਖੋ ਨੰਗਣ ਡੇ ਆ ਬਲਕਿ ਇਸ ਇਸ ਗਲੀ ਵਾਲੇ ਤੇ ਵੇਖਣ ਡੇ ਵੀ ਸਰਦਾਰ ਜੀ ਆ ਕੇ ਬੈਠੇ ਆ ਹਾਂਜੀ ਹਾਂਜੀ ਬਿਲਕੁਲ ਜੀ ਔਰ ਕਿਸੇ ਨੇ ਨਹੀਂ ਕੋਈ ਕਿੰਤੂ ਪਰੰਤੂ ਕੀਤਾ ਵੀ ਤੁਸੀਂ ਕੌਣ ਹੋ ਬਈ ਕੀ ਸਾਡੇ ਘਰ ਦੇ ਥੜੇ ਤੇ ਬੈਠੇ ਤੁਸੀਂ ਕਰ ਰਹੇ ਹੋ ਹਾਂਜੀ ਹਾਲਾਂਕਿ ਮੈਨੂੰ ਲੱਗਦਾ ਵੀ ਹੁਣ ਸਾਡੇ ਆਪਣੇ ਅੰਮ੍ਰਿਤਸਰ 'ਚ ਬੈਠੀ ਹੋਈ ਏਸ ਤਰ੍ਹਾਂ ਕਿਸੇ ਦੇ ਥੜੇ ਅੱਗੇ ਤੇ ਕੋਈ ਨਾ ਕੋਈ ਆਣ ਕੇ ਬੈਠਾ ਹੈਲੋ ਕੀ ਹੋ ਰਿਹਾ ਬਈ ਹ ਪਰ ਮੈਂ ਬੜਾ ਖੁਸ਼ ਹਾਂ ਭਾਜੀ ਕਿ ਕਿ ਜੇ ਪਹਿਲਾਂ ਐਂ ਲੱਗਦਾ ਜਿਵੇਂ ਪਹਿਲਾਂ ਕਿਤੇ ਸਮਝਾਏ ਨਹੀਂ ਲੋਕ ਜਿਹੜਾ ਹੈ ਹੀ ਵੱਡੇ ਦਿਨ ਵਾਲੇ ਨੇ ਵੈਸੇ ਸਰਦਾਰ ਜੀ ਪੱਖੋ ਕੀ ਸਾਹਿਬ ਜੀ ਪਾਕਿਸਤਾਨ ਦੀ ਇਮੇਜ ਨੂੰ ਕਲ ਕਰਨ ਦੇ ਸਬਿ ਕਿਸ ਤਰ੍ਹਾਂ ਲੋਕਾਂ ਜੇ ਪ੍ਰਭਾਵ ਜਿਵੇਂ ਤੁਸੀਂ ਅੱਗੇ ਤੁਸੀਂ ਗੱਲ ਕੀਤੀ ਆ ਇਸ ਸਿੱਖਾਂ ਦਾ ਦੀ ਉਹ ਉਹ ਸੋਚ ਨੂੰ ਉਹ ਰੋਹਾਨੀਅਤ ਨੂੰ ਜੋ ਇੱਧਰ ਆ ਕੇ ਪਾਕਿਸਤਾਨ ਕਰਦੇ ਨੇ ਉਹਨੂੰ ਜੇ ਲਫਜ਼ਾਂ 'ਚ ਬਿਆਨ ਕਰਨਾ ਹੋਵੇ ਵੀ ਜਦੋਂ ਕਹਿੰਦਾ ਵਾ ਪਾਕਿਸਤਾਨ ਰੈਡੀ ਹੋ ਗਿਆ ਪਾਕਿਸਤਾਨ ਨੇ ਉੱਚ ਕਰਤਾ ਤੁਸੀਂ ਕੀ ਕਹਿੰਦੇ ਹੋ ਉਸ ਮੌਕੇ ਦੇਖੋ ਸੱਚੀ ਗੱਲ ਤੇ ਇਹ ਆ ਭਈ ਹੁਣ ਜੇ ਕੋਈ ਗੱਲ ਕੋਈ ਗਲਤ ਲਫਜ਼ ਵਰਤੇ ਨਾ ਤੇ ਤੁਸੀਂ ਭਾਵੇਂ ਥੋੜਾ ਜਿਹਾ ਖਾਮੋਸ਼ ਰਹੋ ਜਾਂ ਤੁਸੀਂ ਆਖੋ ਵੀ ਚਲੋ ਕੋਈ ਗੱਲ ਨਹੀਂ ਹੈ ਮੂਰਖ ਬੰਦਾ ਸਾਡੇ ਬੰਦੇ ਤੇ ਟਾਲਣਗੇ ਕਿਉਂਕਿ ਅੱਜ ਇੱਕ ਤੁਸੀਂ ਜੱਥੇ ਦੇ ਵਿੱਚ ਇੱਕ ਹਿੰਦੂ ਨੌਜਵਾਨ ਆਇਆ ਸੰਦੀਪ ਕੁਮਾਰ ਨਾਂ ਦਾ ਉਹਦੇ ਪੁਰਖੇ ਇੱਥੋਂ ਦੇ ਰਹਿਣ ਵਾਲੇ ਬੰਦਾ ਰੋ ਪਿਆ ਆ ਕੇ ਅਲਾਮ ਆਕਬਾਲ ਜੀ ਦੀ ਉਹ ਜਾ ਕੇ ਮਜ਼ਾਰ ਦੇ ਉੱਤੇ ਉਹ ਗੱਲ ਕਰ ਰਿਹਾ ਯਾਰ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਆ ਬੰਦਾ ਲਿਖਣ ਵਾਲਾ ਹਾਂਜੀ ਕਿੱਡੀ ਵੱਡੀ ਗੱਲ ਕਰਕੇ ਗਏ ਨੇ ਅਲਾਮ ਆਕਬਾਲ ਜੀ ਦਾ ਇੰਨਾ ਜਜ਼ਰ ਔਰ ਉਹ ਬੰਦਾ ਸ਼ੌਦਾਈ ਆ Nusrat Fateh Ali Khan ਸਾਹਿਬ ਦਾ ਉਹਨੂੰ ਸੋਨੂ Nusrat ਕਹਿੰਦੇ ਨੇ Nusrat Fateh Ali Khan ਸਾਹਿਬ ਦੀਆਂ ਉਹਨੇ ਟੈਟੂ ਬਣਵਾਏ ਹੋਏ ਨੇ ਉਹਨਾਂ ਦੀ ਮਜ਼ਾਰ ਤੇ ਜਾ ਕੇ ਸਜਦਾ ਕਰਕੇ ਆਇਆ ਬੰਦਾ Hindu ਵੀ ਆ ਉਹ ਉਹ ਵਿਚਾਰੇ ਨੂੰ ਪਰੇਸ਼ਾਨੀ ਆ ਵੀ ਕਈ ਵਾਰੀ ਸੰਦੀਪ ਕੁਮਾਰ ਨਾਮ ਲਿਖਿਆ ਹੁੰਦਾ ਤੇ ਉੱਥੇ ਵੀਜ਼ਾ ਲੱਗਣ ਚ ਪਾਬੰਦੀ ਪ੍ਰੋਬਲਮ ਆਉਂਦੀ ਹੈ ਹੁਣ ਵੇਖੋ ਇੱਥੇ ਕੋਈ ਸ਼ੱਕ ਨਹੀਂ ਵੀ ਸਾਡੇ ਲੱਖਾਂ ਦੀ ਤਲਾਸ਼ ਚ ਸਿੱਖ ਜਿਹੜੇ ਆ ਇੱਥੇ ਆਉਣੇ ਚਾਹੁੰਦੇ ਆ ਪਰ ਕਿਤੇ ਨਾ ਕਿਤੇ ਪਾਕਿਸਤਾਨ ਹਕੂਮਤ ਦੀ ਵੀ ਇੱਕ ਲਿਮਿਟੇਸ਼ਨ ਆ ਵੀ ਉਹ 10000 ਨੂੰ 5000 ਨੂੰ ਕਿੰਨਿਆਂ ਨੂੰ ਉਹ ਵੀਜ਼ਾ ਦੇ ਸਕਦੇ ਕਿਉਂਕਿ ਅੱਗੇ ਉਹਨਾਂ ਪ੍ਰਬੰਧ ਵੀ ਕਰਨਾ ਹੁੰਦਾ ਹੁਣ ਉੱਥੇ ਫਿਰ ਦੇਖਦੇ ਆ ਵੀ ਜਿਹੜਾ ਸਿੱਖ ਤੇ ਪੂਰੀ ਦਾੜੀ ਕੇਸਾਂ ਵਾਲਾ ਇਹਨੂੰ ਦੇ ਦਿਓ ਵੀਜ਼ਾ ਇੱਕ ਸਿੱਖ ਆ ਉਹਨੇ ਪ੍ਰਾਇੋਰਟੀ ਰੱਖਦੇ ਆ ਹਾਂ ਪ੍ਰਾਇੋਰਟੀ ਰੱਖਦੀ ਫਿਰ ਦੂਜੇ ਬੀ ਜਿਨਾ ਪੱਗ ਬੱਧੀਆ ਪਰ ਉਹਨੇ ਦਾੜੀ ਕੱਟੀ ਆ ਇਹਨੂੰ ਵੀ ਰਹਿਣ ਦੋ ਹਾਂਜੀ ਫਿਰ ਤੀਸਰੇ ਨੰਬਰ ਤੇ ਆ ਗਏ ਵੀ ਜਿਨ੍ਹਾਂ ਦੇ ਨਾਂ ਨਾਲ ਸਿੰਘ ਨਹੀਂ ਲੱਗਦਾ ਉਸ ਗੱਲ ਦਾ ਉਹਨੇ ਇਤਰਾਜ਼ ਕੀਤਾ ਵੀ ਅਸੀਂ ਗੁਰੂ ਸਾਹਿਬ ਦੇ ਸ਼ਰਧਾਲੂ ਨਹੀਂ ਹੋ ਸਕਦੇ ਹਿੰਦੂ ਲੋਕ ਵੀ ਕਿਉਂ ਸਾਡੇ ਨਾਲੇ ਫਰਕ ਕੀਤਾ ਜਾਂਦਾ ਉਹ ਉਹ ਹਕੂਮਤ ਇੰਡੀਆ ਨੂੰ ਇਹ ਗੱਲ ਪਾਕਿਸਤਾਨ ਗਵਰਨਮੈਂਟ ਵੀ ਸਾਡੇ ਨਾਂ ਵੀ ਆ ਕੇ ਸਾਡੇ ਵੀ ਜਿਨਾ ਕੱਟੇ ਜਾਣ ਸਾਡਾ ਵੀ ਅਸੀਂ ਵੀ ਇਸ ਧਰਤੀ ਨੂੰ ਉਨਾ ਹੀ ਮੰਨਦੇ ਆ ਉਨਾ ਹੀ ਸਜਦਾ ਕਰਦੇ ਆ ਜਿੰਨੇ ਸਿੱਖ ਕਰਦੇ ਆ ਮਤਲਬ ਇਸ ਤਰ੍ਹਾਂ ਦੀਆਂ ਜਦੋਂ ਮਿਸਾਲਾਂ ਵੀ ਸਿੱਖਾਂ ਦੇ ਜਥੇ 'ਚ ਹਿੰਦੂਆਂ ਦਾ ਆਉਣਾ ਮੈਂ ਮੈਂ ਕਹਿੰਦਾ ਹਿੰਦੂ ਵੀ ਕਟਾਸਰਾਜ ਦੀ ਯਾਤਰਾ ਕਰਦੇ ਨੇ ਔਰ ਮੈਂ ਸਮਝਦਾ ਵੀ ਇਸ ਤਰ੍ਹਾਂ ਦੀ ਰਿਸਪੈਕਟ ਉਹਨਾਂ ਨੂੰ ਵੀ ਮਿਲਦੀ ਹੋएगी ਇੱਥੇ ਆਪਾਂ ਦੂਜੀ ਸਾਈਡ ਵੇਖ ਲੈਨੇ ਆ ਵੀ ਤੁਸੀਂ ਹੁਣ ਮਿਲਿਓ ਬਜ਼ੁਰਗਾਂ ਨੂੰ ਵੀ ਜਿਹੜੇ ਪਾਕਿਸਤਾਨ ਵਾਲੀ ਸਾਈਡ ਤੋਂ ਲੋਕ ਆਉਂਦੇ ਆ ਵੀ ਆ ਕੇ ਆਂਦੇ ਵੀ ਹੋਰ ਕੁਛ ਨਹੀਂ ਤੇ ਮੇਰੇ ਏਰੀਆ ਦਾ ਕੋਈ ਬੰਦਾ ਆਇਆ ਹੋਵੇ ਮੈਂ ਉਹਨੂੰ ਹੀ ਮਿਲ ਲਵਾਂ ਵੀ ਗੁਰਦਾਸਪੁਰ ਦਾ ਕੋਈ ਆਇਆ ਸਾਨੂੰ ਦੱਸ ਦੋ ਕੋ ਫਿਰੋਜ਼ਪੁਰ ਦਾ ਆਇਆ ਯਾਰ ਇੰਨਾ ਦਾ ਵੀ ਦਿਲ ਕਰਦਾ ਕਿਤੇ ਨਾ ਕਿਤੇ ਸਰਕਾਰ ਨੂੰ ਇਹ ਵੀ ਤੇ ਚਾਹੀਦਾ ਨਾ ਉਧਰਲੀ ਸਰ ਦੋਮਾ ਪਾਸੇ ਹੋਣਾ ਚਾਹੀਦਾ ਵੀ ਜਿਹੜੇ 60 ਤੋਂ ਉੱਤੇ ਲੋਕ ਉਹਨਾਂ ਨੂੰ ਕੋਈ ਲਿਮਟਡ ਲਿਮਿਟੇਸ਼ਨ ਹੋਣੀ ਨਹੀਂ ਚਾਹੀਦੀ ਉਹਨਾਂ ਨੂੰ ਅ ਕਿਲੋਂ ਸਾਹਿਬ ਤੁਸੀਂ ਤੇ ਇਹ ਗੱਲ ਕੀਤੀ ਨਾ ਵੀ ਲੋਕ ਆਉਂਦੇ ਨੇ ਮੇਰੇ ਪਿੰਡ ਦਾ ਮੇਰੇ ਜ਼ਿਲ੍ਹੇ ਦਾ ਅਸੀਂ ਬਾਜ਼ਾਰ ਚ ਲਗੇ ਸੀ ਸ਼ੋਪਿੰਗ ਕਰਨ ਤੇ ਬੀਬੀਆਂ ਆਈਆਂ ਤੇ ਇਹ ਪੁੱਛ ਰਹੀਆਂ ਸੀ ਵੀ ਕੋਈ ਰੰਦਾਵਾ ਆਇਆ ਮਤਲਬ ਕਾਸਟ ਨਾਲ ਵੀ ਕੋਈ ਰੰਦਾਵਾ ਪਰਿਵਾਰ ਚੋਂ ਹੈਗਾ ਡਸਨਟ ਮੈਟਰ ਕਿ ਉਹ ਕਿਹੜੇ ਜ਼ਿਲੇ ਦਾ ਵਾ ਕਿਹੜੇ ਪਿੰਡ ਦਾ ਵਾ ਸਿਰਫ ਇਹ ਕ ਇਹ ਵੇਖਣ ਆਈਆਂ ਵੀ ਤੁਹਾਡੇ ਚ ਕੋਈ ਰੰਦਾਵਾ ਹੈਗਾ ਉਹ ਸਾਡੇ ਭੈਣ ਜੀ ਸੀ ਨਾਲ ਉਹ ਕਹਿਣ ਲੱਗੇ ਕਿ ਮੇਰੇ ਦੋਵੇਂ ਭਰਾ ਜਿਹੜੇ ਨੇ ਉਹ ਰੰਦਾਵੇ ਨੇ ਅਸੀਂ ਵੀ ਰੰਦੇ ਤੇ ਉਹ ਬਾਜ਼ਾਰ ਜਿਹੜਾ ਗਏ ਨੇ ਔਰ ਅਸੀਂ ਥੋੜਾ ਲੇਟ ਹੋ ਗਏ ਤੇ ਮੈਨੂੰ ਵੀ ਬੜਾ ਅਜੀਬ ਬੁਰਾ ਲੱਗਾ ਕਿ ਅਸੀਂ ਉਹਨਾਂ ਨੂੰ ਮਿਲ ਨਹੀਂ ਸਕੇ ਵੀ ਕੋਈ ਲੇਡੀਜ਼ ਆਈਆਂ ਨੇ ਸਿਰਫ ਇਹ ਕਹਿ ਕੇ ਵੀ ਕੋਈ ਰੰਦਾਵਾ ਆਇਆ ਇੰਡੀਆ ਤੋਂ ਪਿੰਡ ਦੀ ਸ਼ਹਿਰ ਦੀ ਜ਼ਿਲੇ ਦੀ ਤੇ ਗੱਲ ਬੜੀ ਦੂਰ ਦੀ ਰਹਿ ਗਈ ਮਤਲਬ ਇਨੀ ਜਿਆਦਾ ਖੇਚਿਆ ਇਥੋਂ ਦੇ ਲੋਕਾਂ ਦੇ ਮਨਾਂ ਦੇ ਵਿੱਚ ਔਰ ਸੱਚਮੁੱਚ ਇਹਨਾਂ ਦਾ ਵੀ ਦਿਲ ਕਰਦਾ ਕਿ ਕਿਤੇ ਨਾ ਕਿਤੇ ਸਿੱਖ ਨੇ ਜਾਂ ਹਿੰਦੂ ਨੇ ਉਹਨਾਂ ਨੂੰ ਤੇ ਮਸਬੀ ਤੌਰ ਤੇ ਲਾ ਲੋ ਵੀਜ਼ੇ ਯਾਤਰੀਆਂ ਦੇ ਤੌਰ ਤੇ ਇਸ਼ੂ ਹੋ ਜਾਂਦੇ ਨੇ ਉਹ ਥੋੜਾ ਜਿਹਾ ਰੈਲੀਫ ਮਿਲ ਜਾਂਦਾ ਲੇਕਿਨ ਇਧਰ ਦੇ ਲੋਕ ਨੇ ਜਿਹੜੇ ਜਾਣਾ ਚਾਹੁੰਦੇ ਉਹਨਾਂ ਨੂੰ ਤੇ ਬਿਲਕੁਲ ਬਿਲਕੁਲ ਹੀ ਪੰਜਾਬ ਦਾ ਵੀਜ਼ਾ ਮਿਲਦਾ ਹੀ ਨਹੀਂ ਇਹਦੇ 'ਚ ਕੋਈ ਸ਼ੱਕ ਨਹੀਂ ਔਰ ਇਸ ਗੱਲ ਦੇ ਲਈ ਨਾ ਕਿਤੇ ਨਾ ਕਿਤੇ ਸਾਨੂੰ ਸ਼ਰਮਿੰਦਗੀ ਦਾ ਅਹਿਸਾਸ ਵੀ ਹੁੰਦਾ ਭਈ ਯਾਰ ਇੱਕ ਪਾਸੇ ਤੇ ਬਾਵਾ ਖਲਾਰੀਆਂ ਨੇ ਅਸੀਂ ਜ਼ੀਰੋ ਲਾਈਨ ਤੱਕ ਗਏ ਆ ਔਰ ਜਿਹੜਾ 3-400 ਬੰਦਾ ਜ਼ੀਰੋ ਲਾਈਨ ਦੇ ਉੱਤੇ ਗਿਆ ਸਾਰੇ ਮੋਬਾਈਲ ਕੈਮਰੇ ਚੈਨਲਾਂ ਦੇ ਸਾਡੇ ਚੱਲ ਰਹੇ ਨੇ ਸਾਨੂੰ ਕਿਸੇ ਆਰਮੀ ਵਾਲੇ ਨੇ ਤੁਹਾਡੇ ਕਿਸੇ ਰੇਂਜਰਸ ਨੇ ਸਾਨੂੰ ਨਹੀਂ ਕਿਸੇ ਨੇ ਕਿਹਾ ਵੀ ਤੁਸੀਂ ਜ਼ੀਰੋ ਲਾਈਨ ਤੇ ਆ ਗਏ ਹੋ ਬਾਰਡਰ ਦੀ ਤੁਸੀਂ ਫੋਟੋ ਬਣਾ ਰਹੇ ਹੋ ਤੁਸੀਂ ਵੀਡੀਓ ਬਣਾ ਰਹੇ ਹੋ ਸਾਡੀ ਸਿਕਿਉਰਿਟੀ ਲੀਕ ਹੋ ਸਕਦੀ ਹੈ ਜਾਂ ਕਿੱਦਾਂ ਦੀ ਗੱਲ ਮੈਂ ਇਹ ਗੱਲ ਇਹ ਕਹਿੰਦਾ ਮੈਨੂੰ ਕੋਈ ਹਿਚਕਚਾਟ ਨਹੀਂ ਕਿ ਅਸੀਂ ਆਪਣੇ ਵਾਲੇ ਪਾਸੇ ਇਸ ਤਰ੍ਹਾਂ ਕੈਮਰਾ ਲੈ ਕੇ ਜਾਈਏ ਤੇ ਸ਼ਾਇਦ ਸਾਨੂੰ ਅਲਾਓ ਨਾ ਕਰਨਾ ਮੈਂ ਇੱਡੀ ਵੱਡੀ ਫਰਾਕ ਦੇ ਲਈ ਤੇ ਮੈਂ ਬਹੁਤ ਹੈਰਾਨ ਆ ਔਰ ਮੈਂ ਖੁਸ਼ ਵੀ ਪੜਾ ਵੀਰ ਲੈ ਜਾ ਜੋ ਫੋਟੋਆਂ ਖਿੱਚ ਕੇ ਕੀ ਲੈ ਜਾਓਗੇ ਓਏ ਕੀ ਵਿਖਾ ਦੋਗੇ ਜਾ ਕੇ ਹੁਣ ਤੇ Google ਤੇ ਹੀ ਸਰਚ ਕਰ ਲਓ ਸਾਰਾ ਕੁਝ ਨਿਕਲ ਆਉਂਦਾ ਕੌਣ ਕਿੱਥੇ ਕੀ ਬੈਠਾ ਹਾਂਜੀ ਇਹ ਇੱਕ ਤੰਗ ਦੇਲੀ ਦਾ ਨਜ਼ਰੀਆ ਪਰ ਸਾਨੂੰ ਬੜਾ ਉਸ ਦਿਨ ਨੂੰ ਦੁੱਖ ਵੀ ਹੋਇਆ ਵੀ ਜ਼ੀਰੋ ਲਾਈਨ ਤੱਕ ਸਾਡਾ ਨਗਰ ਕੀਰਤਨ ਗਿਆ ਸ਼ਾਇਦ ਇਹ ਇਹ ਪਾਕਿਸਤਾਨ ਦੀ ਧਰਤੀ ਤੇ ਨਹੀਂ ਪੂਰੀ ਦੁਨੀਆ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਕੋਈ ਨਗਰ ਕੀਰਤਨ ਇੱਕ ਮੁਲਕ ਦੇ ਵਿੱਚ ਦੂਸਰੇ ਮੁਲਕ ਦੀ ਜ਼ੀਰੋ ਲਾਈਨ ਤੱਕ ਗਿਆ ਪੰਜ ਪਿਆਰਿਆਂ ਦੀ ਅਗਵਾਈ ਚ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਚ ਔਰ ਅਗਲੇ ਪਾਸਿਓ ਕਿਸੇ ਨੂੰ ਆਉਣ ਹੀ ਨਹੀਂ ਦਿੱਤਾ ਗਿਆ ਇਸ ਗੱਲ ਦਾ ਵੀ ਅਹਿਸਾਸ ਯਾਰ ਸਾਡੇ ਭੈਣ ਭਰਾ ਚਾਰ ਉਧਰੋਂ ਆਏ ਹੁੰਦੇ ਉਹ ਵੀ ਜਕਾਰੇ ਛੱਡਦੇ ਅਸੀਂ ਇੱਧਰੋਂ ਜਕਾਰੇ ਛੱਡਦੇ ਤੇ ਉਹ ਸਾਡੇ ਸੀ ਅਸੀਂ ਉਹਨਾਂ ਦੇ ਸਾਂ ਤੁਸੀਂ ਸਾਡੇ ਨਾਲ ਸੀ ਤੇ ਕਿੱਡਾ ਵਧੀਆ ਮਾਹੌਲ ਹੁੰਦਾ ਮੈਨੂੰ ਨਹੀਂ ਪਤਾ ਕੀ ਕਾਰਨ ਸੀ ਅਸੀਂ ਫੋਨ ਵੀ ਕੀਤੇ ਨੇ ਉੱਥੋਂ ਦੇ ਜ਼ਿੰਮੇਵਾਰ ਬੰਦਿਆਂ ਨੂੰ ਵੀ ਅਸੀਂ ਆ ਰਹੇ ਹਾਂ ਤੁਸੀਂ ਆਓ ਪਤਾ ਨਹੀਂ ਉਹ ਇੰਡੀਆ ਗਵਰਨਮੈਂਟ ਨੇ ਉਹਨਾਂ ਨੂੰ ਅਲਾਉ ਨਹੀਂ ਕੀਤਾ ਵੀ ਯਾਰ ਅਸੀਂ ਤੇ ਅਰਦਾਸਾਂ ਦੁਆਵਾਂ ਕਰਨ ਆਏ ਆ ਅਸੀਂ ਸਜਦਾ ਕਰਨ ਆਏ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ ਤੇ ਅਸੀਂ ਕੋਈ ਇਧਰੋਂ ਅਹੀ ਰੋੜਾ ਮਾਰ ਦੇਣਾ ਕਿ ਉਹਨਾਂ ਉੱਥੋਂ ਕੋ ਰੋੜਾ ਮਾਰ ਦੇਣਾ ਸਾਨੂੰ ਹਾਂਜੀ ਤੇ ਇੰਨਾ ਵਧੀਆ ਮਾਹੌਲ ਤੁਹਾਡੀ ਆਰਮੀ ਤੁਹਾਡੇ ਰੇਂਜਰਜ਼ ਇੰਨੀ ਜ਼ਿਆਦਾ ਰਿਸਪੈਕਟ ਕਿ ਇਹ ਬੰਦੇ ਨਾਲ ਮਤਲਬ ਕੋਈ ਮਿਸਬਿਹੇਵ ਨਹੀਂ ਜੇ ਕੋ ਖੇਜ ਵੀ ਜਾਂਦਾ ਕਿ ਗੱਲ 'ਚ ਥੋੜੀ ਜੀ ਮੁਸ਼ਕਲ ਆਈ ਸੀ ਵੀ ਲਗਾਤਾਰ ਬੱਸਾਂ 'ਚ ਬਹਿਣਾ ਪਿਆ ਵਾ ਕੇ ਬਾਰਡਰ ਦੇ ਉੱਤੇ ਪਰ ਉਹਨਾਂ ਨੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਕਿਉਂਕਿ ਅੰਦਰ ਬਿਠੇ ਲੋਕਾਂ ਨੂੰ ਪਤਾ ਨਹੀਂ ਸੀ ਵੀ ਮਾਹੌਲ ਕੀ ਆ ਬਾਹਰ ਪਰ ਹੌਲੀ-ਹੌਲੀ ਸਾਨੂੰ ਸਾਰਾ ਗੱਲ ਦਾ ਪਤਾ ਲੱਗਾ ਕਿ ਕਿੰਨੀਆਂ ਇਸ ਵਕਤ ਮੁਸ਼ਕਲ ਪੋਜੀਸ਼ਨ ਦੇ ਵਿੱਚ ਇਹ 818 ਯਾਤਰੀਆਂ ਦੇ ਜਥੇ ਨੂੰ ਸਾਰੇ ਗੁਰਦੁਆਮਾਂ ਦੇ ਦਰਸ਼ਨ ਜਿਹੜੇ ਤੁਹਾਡੀ ਹਕੂਮਤ ਤੇ ਪਾਕਿਸਤਾਨ ਨੇ ਕਰਵਾਏ ਆ ਮੈਂ ਸਮਝਣਾ ਕਿ ਬੜੀ ਮੁਸ਼ਕਲ ਦੇ ਵਿੱਚੋਂ ਔਰ ਦੂਸਰੀ ਗੱਲ ਮੈਨੂੰ ਨਹੀਂ ਲੱਗਦਾ ਕਿ ਜਿਸ ਏਰੀਆ ਥਾਣੀ ਆਮ ਤੁਹਾਡੇ ਪਾਕਿਸਤਾਨ ਦਾ ਕੋ ਸਿਵਿਲਿਅਨ ਉਥੋਂ ਦੀ ਡਿਫੈਂਸ ਏਰੀਆ ਥਾਣੀ ਲੰਘ ਸਕਦਾ ਹੋਏ ਸਾਡੀਆਂ ਕੈਂਟ ਏਰੀਏ ਚੋਂ ਕੈਂਟ ਏਰੀਏ ਦੇ ਵਿੱਚੋਂ ਦੀ ਸਾਡੀਆਂ ਸਾਰੀਆਂ ਬਸਾਂ ਲੰਘੀਆਂ ਨੇ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਮੈਂ ਚਾਹੁੰਨਾ ਮੈਂ ਉਮੀਦ ਕਰਦਾ ਆਂ ਇੰਡੀਆ ਗਵਰਨਮੈਂਟ ਤੋਂ ਵੀ ਕਿ ਇਸ ਤਰ੍ਹਾਂ ਦੀ ਫਰਾਕ ਦੇ ਲਈ ਅਸੀਂ ਵੀ ਵਿਖਾਈਏ ਕੋਈ ਨਹੀਂ ਲੈ ਜਾਂਦਾ ਸਾਡੀ ਫੋਟੋ ਖਿੱਚ ਕੇ ਇੱਕ ਵਿਚਾਰਾ ਦੀਨਾ ਦੀਨਾ ਨਗਰ ਦਾ ਬਜ਼ੁਰਗ ਮਿਲਿਆ ਮੈਨੂੰ ਕਰਤਾਰਪੁਰ ਸਾਹਿਬ 85 ਸਾਲ ਉਮਰ ਹੋ ਗਈ ਆਂਦਾ ਮੈਨੂੰ ਵੀਜ਼ਾ ਨਹੀਂ ਮਿਲਦਾ ਆਪਣਾ ਨੰਬਰ ਬੋਲ ਰਿਹਾ ਮੇਰੇ ਪਿੰਡੋਂ ਕੋਈ ਮੈਨੂੰ ਸਪਾਂਸਰਸ਼ਿਪ ਭੇਜੋ ਉਹ ਮੈਂ ਕਿਹਾ ਬਾਪੂ ਮੈਂ ਤੇ ਆਪ ਵਿਕ ਜਾਂ ਜੇ ਤੇਰੇ ਲਈ ਜੇ ਕਿਤੇ ਤੈਨੂੰ ਇੰਡੀਆ ਗਵਰਨਮੈਂਟ ਭਾ ਤੈਨੂੰ ਵੀਜ਼ਾ ਦੇ ਦੇ ਤੇ ਕੀ ਕਰੀਏ ਹੁਣ ਜੇ ਉੱਥੇ ਸਾਡੀ ਪੇਸ਼ ਨਹੀਂ ਜਾਂਦੀ ਚਲੋ ਦੁ ਅਰਦਾਸ ਕਰਿਓ ਵੀ ਉੱਥੇ ਵੀ ਕਿਤੇ ਬੈਠੇ ਹੋਣ ਜਿੱਜੇ ਜਿੱਜੇ ਆਣੀ ਸਾਹਿਬ ਵਰਗੇ ਤੇ ਫਿਰ ਖੋਲ ਦੇਾਂਗੇ ਸਰਦਾਂ ਜਿੱਜੇ ਆਣੀ ਸਾਹਿਬ ਵਾਸਤੇ ਇਧਰੋਂ ਵੀ ਯੋਰ ਪੂਰਾ ਲਾ ਦੇਣਾ ਬਿਲਕੁਲ ਲਾਉਣਾ ਨਹੀਂ ਬਣਾ ਅੱਛਾ ਵਖੋ ਕੀ ਸਾਹਿਬ ਜੀ ਪਿਛਲੀ ਵਾਰੀ ਵੀ ਆਪਣੀ ਗੱਲ ਹੋਈ ਸੀ ਜੀ ਜੀ ਕਿਆ ਕਰਤਾਰਪੁਰ ਸਾਹਿਬ ਬਣਿਆ ਜੀ ਜੀ ਇਸ ਤਰ੍ਹਾਂ ਦੇ ਰਾਹ ਤੇ ਬਹੁਤ ਸਾਰੇ ਹੋਣੇ ਚਾਹੀਦੇ ਜਿਸ ਤਰ੍ਹਾਂ ਦਾ ਕਰਤਾਰਪੁਰ ਸਾਹਿਬ ਬਣਿਆ ਲੋਕਾਂ ਨੂੰ ਜਦੋਂ ਪਹਿਲੇ ਦਿਨ ਕਰਤਾਰਪੁਰ ਸਾਹਿਬ ਦੀ ਓਪਨਿੰਗ ਸੀ ਜੀ ਮੈਂ ਖਾਸ ਤੌਰ ਤੇ ਹੀ ਗੇਟ ਕਵਰੇਜ ਵਾਸਤੇ ਨਹੀਂ ਕਵਰੇਜ ਮੈਂ ਨਹੀਂ ਕੀਤੀ ਮੈਂ ਬਹੁਤ ਇੰਜੋਏ ਕੀਤਾ ਜੀ ਕਿਤੇ ਨਾ ਕਿਤੇ ਲੋਕ ਜੁੜੇ ਇੱਕ ਦੂਜੇ ਦੇ ਨਾਲ ਨਾ ਸੋਸ਼ਲ ਮੀਡੀਆ ਤੇ ਤੇ ਲੋਕ ਬੈਠੇ ਗਰੁੱਪ ਬਣਾ ਕੇ ਦੋ ਦੋ ਚੱਕਰ ਦੋ ਦਿਨ ਇਧਰ ਦੇ ਕੋਈ ਦੋ ਤਿੰਨ ਦਿਨ ਉਧਰ ਦੇ ਉਹਨਾਂ ਨੂੰ ਕੋਈ ਨਹੀਂ ਵੀ ਕੋਣ ਤਕਰੀਰ ਕਰਨ ਰਿਹਾ ਵਾ ਕੀ ਕਹਿਣ ਉਹ ਆਪਣੀਆਂ ਗੱਲਾਂ ਕਰਨ ਰਿਹਾ ਇਸ ਤਰ੍ਹਾਂ ਇਸ ਤਰ੍ਹਾਂ ਐ ਇਸੇ ਤਰ੍ਹਾਂ ਹੀ ਹੁਣ ਅੱਜ ਅਸੀਂ ਵੇਖਿਆ ਡੇਰਾ ਸਾਹਿਬ ਉਥੇ ਇਧਰ ਉਧਰ ਤੇ ਜਿਹੜੇ ਲੋਕ ਹੈ ਇੱਕ ਦੂਜੇ ਨਾਲ ਮਿਲ ਕੇ ਬੈਠੇ ਆ ਇਸ ਤਰ੍ਹਾਂ ਦੀ ਕੋਈ ਜਗ੍ਹਾ ਐਸੀ ਕੋਈ ਤਜਵੀਜ਼ ਵਾਗਾ ਬਾਰਡਰ ਤੇ ਪਰੇਡ ਹੁੰਦੀ ਆ ਆਪਾਂ ਇੱਕ ਦੂਜੇ ਨੂੰ ਨਫ਼ਰਤ ਵੀ ਵਹਾਉਂਦੇ ਆ ਉਹ ਗੱਲ ਸਾਨੂੰ ਉੱਥੇ ਉੱਥੇ ਕੋਈ ਐਸਾ ਕੋ ਪਾਰਕ ਡਵੈਲਪ ਕਰ ਦਿੱਤਾ ਜਾਵੇ ਵੀ ਜਿੱਥੇ ਲੋਕ ਜਾ ਕੇ ਬਹਿਣ ਇੱਕ ਦੂਜੇ ਨੂੰ ਮਿਲਣ ਜੇ ਟਿਕਟ ਦੀ ਗੱਲ ਕਰਦੇ ਮੇਰਾ ਖਿਆਲ ਹੈ ਰੈਵਨਿਊ ਆਪਾਂ ਉਹਦੇ ਨਾਲ ਉਹਦੇ ਨਾਲ ਬਹੁਤਾ ਇਕੱਠਾ ਹੋ ਬਿਲਕੁਲ ਠੀਕ ਹੈ ਤੁਹਾਡੀ ਗੱਲ ਭਈ ਅਸੀਂ ਨਾ ਸਾਡੀ ਇੱਕ ਸਾਈ ਮੀਆਂ ਮੇਰ ਫਾਊਂਡੇਸ਼ਨ ਆ ਸਾਈ ਮੀਆਂ ਮੇਰ ਇੰਟਰਨੈਸ਼ਨਲ ਫਾਊਂਡੇਸ਼ਨ ਜਿਹਦੇ ਵੱਲੋਂ ਅਸੀਂ ਉੱਥੇ ਇੱਕ ਮੰਗ ਪੱਤਰ ਦਿੱਤਾ ਸੀ ਕਿ ਜਦੋਂ ਆ ਇੱਕ ਦੂਸਰੇ ਦੇ ਲੋਕ ਇੱਕ ਦੂਜੇ ਨੂੰ ਮਿਲਣਾ ਚਾਹੁੰਦੇ ਆ ਥੋੜਾ ਜਿਹਾ ਸੌਫਟਨੈਸ ਆ ਰਹੀ ਆ ਤੇ ਫਿਰ ਆ ਕੀ ਉਥੇ ਮਤਲਬ ਪਰੇਡ ਐਡੀ ਜਿਹੜੀ ਆ ਇੱਕ ਦੂਜੇ ਲੱਖਾਂ ਕੱਢ ਕੱਢ ਕਿਉਂ ਕੀਤੀ ਜਾਂਦੀ ਆ ਅਸੀਂ ਇਹ ਗੱਲ ਕਹਿੰਨੇ ਆ ਮੈਂ ਤੇ ਹਕੂਮਤ ਤੇ ਪਾਕਿਸਤਾਨ ਨੂੰ ਵੀ ਬੇਨਤੀ ਕਰਦਾ ਕਿ ਪਹਿਲ ਇਹੋ ਕਰ ਦੇਣ ਪੀ ਚਲੋ ਇੰਡੀਆ ਵਾਲੇ ਕਰਦੇ ਰਹਿਣ ਫਿਰ ਪਰੇਡ ਅਸੀਂ ਬੰਦ ਕੀਤੀ ਜੇ ਜੀ ਅੱਜ ਤੋਂ ਅਸੀਂ ਤੇ ਜਫੀ ਪਾਉਣੀ ਆ ਇੱਕ ਜਫੀ ਨੇ ਸਾਡੇ ਆ ਇਨਾ ਸਵਾਰ ਦਿੱਤਾ ਹਾਂਜੀ ਤੇ ਇੱਕ ਬਾਜਵੇਂ ਨਾਲ ਜਫੀ ਪਈ ਸੀ ਤੇ ਕਿੰਨਾ ਸਾਨੂੰ ਫਾਇਦਾ ਮਿਲਿਆ ਅੱਜ আহসান ਬਾਜਵਾ ਸਾਹਿਬ ਆਏ ਸਨ ਬੜੇ ਵਧੀਆ ਤੁਹਾਡੇ ਉਸਾਹਿਤਕਾਰ ਨੇ ਬੜੇ ਅੱਛੇ ਲੇਖਕ ਨੇ ਉਹਨਾਂ ਦੀਆਂ ਕਿੰਨੀਆਂ ਕਿਤਾਬਾਂ ਸਾਡੀਆਂ ਉਥੇ ਯੂਨੀਵਰਸਿਟੀ ਚ ਪੜਾਈਆਂ ਜਾਂਦੀਆਂ ਨੇ ਤੇ ਅੱਜ ਤੇ ਅਸੀਂ ਘੋਟ ਘੋਟ ਉਸ ਬਾਜਵੇ ਨੂੰ ਜੱਫੀਆਂ ਪਾਈਆਂ ਵੀ ਜੇ ਬਾਜਵੇਆਂ ਨਾਲ ਜੱਫੀ ਪਾਇਆ ਕਮ ਸੂਤਰ ਆਉਂਦਾ ਤੇ ਯਾਰ ਬਾਜਵੇ ਤੇ ਲੱਭ ਲੱਭ ਲਿਆ ਜੱਫੀਆਂ ਹੋਰ ਸਹੀ ਵੀ ਪਾਕਿਸਤਾਨੀ ਬਾਜਵੇ ਇਕੱਠੇ ਕਰ ਦੋ ਸਾਨੂੰ ਹੋਰ ਗੱਲ ਕਰਨੇ ਵੀ ਜਿਸਾ ਪਾਰਕ ਦੀ ਇਸ ਤਰ੍ਹਾਂ ਦੀ ਗੱਲ ਕਰਨੇ ਬੇਸ਼ੱਕ ਅਪਕੈਨਨੂ ਵੀ ਐਸਾ ਕੋਈ ਜਿੱਥੇ ਬਾਰਡਰ ਹੈ ਤੁਹਾਨੂੰ ਬਹੁਤਾ ਖਤਰਾ ਨਾ ਕੋਈ ਗਲਾਸ ਲਾ ਦੋ ਇੱਕ ਦੂਜੇ ਨਾਲ ਬੰਦੇ ਲੋਕ ਇੱਕ ਦੂਜੇ ਨੂੰ ਸਾਹਮਣੇ ਵੇਖ ਲੈਣ ਮੇਨ ਹੈ ਇੱਕ ਉੱਥੇ ਜਿੱਤਰਾ ਨਾ ਨੋ ਮੈਨ ਲੈਂਡ ਐਸੀ ਇੱਕ ਐਸਾ ਇੱਕ ਦੋ ਚਾਰ ਕਿਲੇ ਚ ਥਾਂ ਬਣਾਇਆ ਹੋਵੇ ਜਿਹਦੇ ਤੇ ਨਾ ਪਾਕਿਸਤਾਨ ਦਾ ਦਾਵਾ ਹੋਵੇ ਤੇ ਨਾ ਹਿੰਦੁਸਤਾਨ ਦਾ ਦਾਵਾ ਹੋਵੇ ਪਰ ਅਸੀਂ ਉੱਥੇ ਜਾਈਏ ਇੱਕ ਦੂਸਰੇ ਨਾਲ ਗੱਲਬਾਤਾਂ ਪਾਈਏ ਇੱਕ ਦੂਸਰੇ ਨਾਲ ਖੁਸ਼ੀਆਂ ਸਾਂਝੀਆਂ ਕਰੀਏ ਇੱਕ ਦੂਸਰੇ ਨਾਲ ਦੁੱਖ ਸਾਂਝੇ ਕਰੀਏ ਤੇ ਇਹਦੇ ਨਾਲ ਜਿਹੜੇ ਆ ਉਹਨਾਂ ਦੇ ਵਿੱਚੋਂ ਜਦੋਂ ਤੁਹਾਡੇ ਛੋਟੇ-ਛੋਟੇ ਬੱਚੇ ਆਉਣਗੇ ਸਾਡੇ ਵੀ ਛੋਟੇ ਬੱਚੇ ਆਉਣਗੇ ਇੱਕ ਦੂਸਰੇ ਨੂੰ ਮਿਲਣਗੇ ਮੁਹੱਬਤ ਬਣੇਗੀ ਜਿਹੜਾ ਇੱਕ ਦੂਸਰੇ ਦੇ ਮੁਲਕਾਂ ਦੇ ਪ੍ਰੇਫਰਟ ਕ੍ਰੀਏਟ ਕਰ ਦਿੱਤੀ ਗਈ ਆ ਉਹ ਘਟੇਗੀ ਆਉਣ ਵਾਲੀ ਪੀੜ੍ਹੀ ਜਦੋਂ ਉਹਨਾਂ ਬੱਚਿਆਂ ਦੇ ਵਿੱਚੋਂ ਕੱਲ ਨੂੰ ਕੋਈ ਆ ਪਾਕਿਸਤਾਨ ਦਾ ਕੋਈ ਵਜ਼ੀਰ ਆਜ਼ਮ ਬਣ ਜਾਂਦਾ ਕੋਈ ਇੰਡੀਆ ਦਾ ਪ੍ਰਾਈਮ ਮਿਨਿਸਟਰ ਬਣ ਜਾਂਦਾ ਤੇ ਨੇਚਰਚਲੀ ਆ ਵੀ ਉਹ ਇੱਕ ਦੂਜੇ ਦੇ ਨਾਲ ਗੱਲਬਾਤਾਂ ਕਰਨਗੇ ਜਿਸ ਤਰ੍ਹਾਂ ਸਦਮਨ ਮੋਹਨ ਸਿੰਘ ਪ੍ਰਾਈਮ ਮਿਨਿਸਟਰ ਸੀ ਤੇ ਤੁਹਾਡੇ ਇਧਰੋਂ ਇੱਕ ਬਜ਼ੁਰਗ ਕੈ ਸਨ ਤੇ ਉਹ ਨੂੰ ਮੋਣਾ ਜਾਂਦੇ ਜਾਂਦੇ ਮੋੜਿਆਂ ਬੜਾ ਵੱਡਾ ਬੰਦਾ ਬਣ ਗਿਆ ਓਏ ਮਤਲਬ ਵੇਖੋ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਉਹਨੂੰ ਬੜੀ ਰਿਸਪੈਕਟ ਦਿੱਤੀ ਬੜੇ ਪਿਆਰ ਨਾਲ ਇਕੱਠੇ ਫੜਦੇ ਰਹੇ ਵੀ ਉਹ ਵੱਡਾ ਇਨਸਾਨ ਵੱਡਾ ਬੰਦਾ ਬਣ ਗਿਆ ਉਹ ਸਧਾਰਨ ਸੀਗਾ ਬੰਦਾ ਪਰ ਫਿਰ ਵੀ ਯਾਰ ਤੇ ਫਿਰ ਯਾਰ ਹੀ ਹੁੰਦੇ ਆ ਹਾਂ ਜੀ ਬੇਸ਼ੱਕ ਉਹ ਪਾਕਿਸਤਾਨੀ ਸੀਈਓ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਸੀ ਪਰ ਇੱਕ ਦੂਜੇ ਨੂੰ ਮਿਲੇ ਪਰ ਇਸੇ ਤਰ੍ਹਾਂ ਦਿਲ ਕਰਦਾ ਸਭ ਦਾ ਹੀ ਮਿਲਣ ਨੂੰ ਤੇ ਇਹ ਮਾਹੌਲ ਜਿਹੜਾ ਨਾ ਬੜੀ ਅੱਛੀ ਗੱਲ ਆ ਉਹ ਕਈ ਵਾਰੀ ਸਾਡੇ ਜੱਜਿਆਣੀ ਸਾਹਿਬ ਜਿਹਦਾ ਹੁਣੀ ਕਹਿ ਦਿੰਦੇ ਨੇ ਕਹਿੰਦਾ ਯਾਰ ਮੇਰਾ ਤੇ ਜੀ ਕਰਦਾ ਮੈਂ ਇੱਧਰ ਇੱਕੋ ਮੇਰਾ ਬੇਟਾ ਮੈਂ ਵਿਆਹਣਾ ਹੀ ਇੱਥੇ ਆ ਮੈਂ ਕਿਹਾ ਭਾਜੀ ਫਿਰ ਕਿੱਦਾਂ ਚੱਲੂ ਕੰਮ ਆnde ਮੈਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਗਾ ਵੀ ਮੈਂ ਰਿਸ਼ਤੇਦਾਰੀ ਬਣਾਉਣਾ ਚਾਹਣਾ ਉਹ ਇੱਧਰੋਂ ਉੱਧਰ ਰਿਸ਼ਤੇ ਜੰਗਾਂ ਜਾਣ ਤੇ ਜੰਗਾਂ ਇੱਧਰੋਂ ਉੱਧਰ ਆਉਣ ਤੇ ਉੱਧਰੋਂ ਇ ਹਾਂਜੀ ਇਸ ਤਰ੍ਹਾਂ ਦੀ ਜਦੋਂ ਇੱਕ ਦੂਸਰੇ ਨਾਲ ਇਸ ਤਰ੍ਹਾਂ ਦੀ ਭਾਵਨਾਵਾਂ ਹੁਣ ਸੋਚਾਂ ਬਣਨ ਲੱਗ ਪਈਆਂ ਨੇ ਨਾ ਇਹਦਾ ਮਤਲਬ ਕਿਤੇ ਨਾ ਕਿਤੇ ਆਉਣ ਵਾਲਾ ਸਮਾਂ ਜਿਹੜਾ ਬਹੁਤ ਵਧੀਆ ਹੋਏਗਾ ਦੋਨਾਂ ਮੁਲਕਾਂ ਦੇ ਲਈ ਉਮੀਦ ਕਰਦੇ ਹਾਂ ਅੱਛੇ ਲੋਕਾਂ ਦੇ ਹੱਥ ਵਿੱਚ ਪਾਕਿਸਤਾਨ ਦੀ ਬਾਗਡੋਰ ਆਵੇ ਤੇ ਅੱਛੇ ਲੋਕਾਂ ਦੇ ਹੱਥ ਦੇ ਵਿੱਚ ਹੀ ਹਿੰਦੁਸਤਾਨ ਦੀ ਆਵੇ ਬਾਗਡੋਰ ਪਖੋਗੀ ਸਾਹਿਬ ਲਾਹੌਰ ਦੀਆਂ ਗਲੀਆਂ ਘੁੰਮੀਆਂ ਪਾਕਿਸਤਾਨ ਘੁੰਮਿਆ ਗੁਰਦਾਮਾਂ ਦੇ ਦਰਸ਼ਨ ਕੀਤੇ ਕਿਸ ਤਰ੍ਹਾਂ ਦਾ ਸਾਰਾ ਓਵਰਲ ਰਿਹਾ ਤਹਾਡਾ ਟ੍ਰਿਪ ਜਾਂ ਤੁਹਾਡੇ ਤੁਹਾਨੂੰ ਵੇਖਣ ਵਾਲੇ ਜਿਹੜੇ ਨੇ ਤੁਹਾਨੂੰ ਚਾਹਣ ਵਾਲੇ ਨੇ ਜਾਂ ਤੁਹਾਡੇ ਸਰਾਊਂਡਿੰਗ ਜਿਹੜੇ ਲੋਕ ਨੇ ਤੁਹਾਡੇ ਉਹਨਾਂ ਨੂੰ ਕੀ ਸੁਣਾ ਜਿਹੜੇ ਆਉਣਾ ਵੀ ਚਾਹੁੰਦੇ ਨੇ ਲੇਕਿਨ ਕਿਤਨਾ ਕਿਤੇ ਡਰਦੇ ਆ ਇੱਕ ਜਿਹੜਾ ਸਾਡੀ ਯੰਗ ਜਨਰੇਸ਼ਨ ਲਈ ਇੱਕ ਹਵਾ ਜਿਹਾ ਬਣਿਆ ਮੈਂ ਉਹਨਾਂ ਨੂੰ ਸਪੈਸ਼ਲੀ ਕਹਾਂਗਾ ਕਿ ਕੋਈ ਐਸੀ ਗੱਲ ਨਹੀਂ ਵੀ ਇਹ ਗੱਲ ਕਹਿੰਦੀ ਪਾਕਿਸਤਾਨ ਦਾ ਵੀਜ਼ਾ ਲੱਗਿਆ ਤੇ ਮੁਰਗੇ ਅਮਰੀਕਾ ਕੈਨੇਡਾ ਕਿਤਨਾ ਜਾਣਾ ਯਾਰ ਪਾਕਿਸਤਾਨ ਦੇ ਲੋਕ ਅਮਰੀਕਾ ਕੈਨੇਡਾ ਨਹੀਂ ਜਾਂਦੇ ਇਹ ਕਿਦਾਂ ਦੀ ਗੱਲ ਆ ਇਹ ਪਤਾ ਨਹੀਂ ਕਿਉਂ ਇਹ ਜਿਹੜੀ ਆ ਇੱਕ ਗਲਤ ਧਾਰਨਾ ਜੀ ਬਣਾ ਦਿੱਤੀ ਗਈ ਆ ਅਸੀਂ ਆਏ ਆ ਔਰ ਵੇਖੋ ਕੋਈ ਗੱਲ ਨਹੀਂ ਵੇਖੋ ਗੁਰੂ ਘਰਾਂ ਚ ਤੇ ਅਸੀਂ ਖੁੱਲੇ ਫਿਰਦੇ ਹੀ ਆ ਉਹਨਾਂ ਲੱਗੇ ਜਾਗੇ ਆ ਲਾਹੌਰ ਦੀਆਂ ਗਲੀਆਂ ਦੇ ਵਿੱਚ ਗਲੀ ਸੁਰਜਨ ਸਿੰਘ ਜਿਹੜੇ ਲੋਕ ਪਾਕਿਸਤਾਨੀ ਨੇ ਉਹ ਬੜਾ ਵਧੀਆ ਤਰੀਕੇ ਨਾਲ ਜਾਣਦੇ ਨੇ ਗਲੀ ਸੁਰਜਨ ਸਿੰਘ ਕੀ ਆ ਔਰ ਅਛਾ ਜੀ ਇਹ ਸਰਦਾਰ ਸੁਰਜਨ ਸਿੰਘ ਉਹਨਾਂ ਦਾ ਕਾਰਿਆ ਕੀ ਬਾਤ ਹੈ ਜੀ ਬਹੁਤ ਹੀ ਵਧੀਆ ਗੱਲ ਔਰ ਅੱਜ ਤੱਕ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਕਦੀ ਕਿਸੇ ਨੇ ਨਹੀਂ ਕਿਹਾ ਵੀ ਯਾਰ ਬਹੁਤ ਹੋ ਗਿਆ ਹੁਣ ਚਲ ਗਿਆ ਸੁਰਜਨ ਸਿੰਘ 1947 ਦਾ ਤੇ ਇਹਦਾ ਨਾਮ ਬਦਲ ਦਈਏ ਬੜੀ ਵਧੀਆ ਗੱਲ ਹੈ ਵੀ ਅਜੇ ਤੱਕ 74 ਸਾਲ ਹੋ ਗਏ ਨੇ ਅਜੇ ਤੱਕ ਉਹ ਸਰਦਾਰ ਸੁਰਜਨ ਸਿੰਘ ਉਹਨਾਂ ਦੇ ਨਾਮ ਦੇ ਉੱਤੇ ਇਹ ਗਲੀ ਵੱਜਦੀ ਹੈ ਮੈਂ ਇਸ ਗੱਲ ਦੇ ਵੀ ਧੰਨਵਾਦ ਕਰਾਂਗਾ ਪੂਰੇ ਲਾਹੌਰਿਆਂ ਦਾ ਔਰ ਪੂਰੀ ਹਕੂਮਤ ਪਾਕਿਸਤਾਨ ਦਾ ਕਿ ਕਿਸੇ ਨੇ ਨਹੀਂ ਇਹ ਗੱਲ ਸੋਚੀ ਬਹੁਤ ਸ਼ੁਕਰੀਆ। ਔਕਾਹ ਕੀ ਸਾਹਿਬ ਬਹੁਤ ਸੋਹਣੀਆਂ ਗੱਲਾਂ ਪਾ ਕੀਤੀਆਂ। ਉਮੀਦ ਕਰਦੇ ਆਂ ਵੀ ਸਾਡੀਆਂ ਇੱਕ ਅਨਰਸੇਸ਼ਨ ਸਾਡੀ ਇਹ ਗੱਲਬਾਤ ਸੁਣ ਕੇ ਜੀ ਜੀ ਕੋ 10 ਵੀ 50 100 ਹਜ਼ਾਰ ਲੋਕਾਂ ਦੇ ਕੋਲ ਅਸਰ ਜ਼ਰੂਰ ਪਏਗਾ। ਜਿਹੜੀਆਂ ਜਿਹਨਾਂ ਦੇ ਦਿਲਾਂ ਦੇ ਵਿੱਚ ਨਫ਼ਰਤ ਹੈ ਕਿਤੇ ਨਾ ਕਿਤੇ ਅਸੀਂ ਉਹ ਖੁਰੇਦਣ ਚ ਉਹਨੂੰ ਉੱਤੋਂ ਲਾਉਣ ਦੇ ਉਸ ਧੂੜ ਨੂੰ ਹਟਾਉਣ ਚ ਆਪਣਾ ਥੋੜਾ ਜਿਹਾ ਕਰਦਾਰ ਅਸੀਂ ਸਮਝਾਂਗੇ ਵੀ ਅਦਾ ਕਰ ਦਿੱਤਾ। ਬਿਲਕੁਲ ਜੀ ਅਸੀਂ ਉਹ ਜਿਹੜੀ ਕੋਸ਼ਿਸ਼ ਸਾਡੀ ਲਗਾਤਾਰ ਜਾਰੀ ਹੈ ਮੈਂ ਸਮਝਦਾ कि शायद तो ਤੁਹਾਡੇ ਪਾਕਿਸਤਾਨ ਵਾਲੇ ਪਾਸਿਓਂ ਜ਼ਿਆਦਾ ਹੋ ਰਹੀ ਹੈ ਜਿਤਨਾ ਪਾਰਟੀਸ਼ਨ ਸਟੋਰੀਜ਼ ਨੇ ਤੁਹਾਡੇ ਵਾਲੇ ਪਾਸਿਓਂ ਜ਼ਿਆਦਾ ਹੋ ਰਹੀਆਂ ਨੇ ਅਸੀਂ ਸ਼ਾਮਲ ਧਾਮੀ ਆ ਮੈਂ ਆ ਜਾਂ ਇੱਕ ਦੋ ਤਿੰਨ ਬੰਦੇ ਹੋਰ ਨੇ ਜਿਹੜੇ ਅਸੀਂ 47 ਦੀਆਂ ਸਟੋਰੀਜ਼ ਕਰ ਰਹੇ ਆ ਪਰ ਤੁਹਾਡੀ ਗਿਣਤੀ ਬਹੁਤ ਜ਼ਿਆਦਾ ਕਿਉਂਕਿ ਇਹ 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 ਜਿਹੜੀਆਂ ਗੱਲਾਂ ਨੇ ਨਾ ਇਹਨਾਂ ਬਜ਼ੁਰਗਾਂ ਦੀਆਂ ਇਹ ਹੁਣ ਉਂਗਲਾਂ ਤੇ ਗਿਣਨ ਵਾਲੇ ਲੋਕ ਰਹਿ ਗਏ ਨਹੀਂ 74 ਸਾਲ ਇਸ ਇਨਸੀਡੈਂਟ ਹੋਈ ਨੂੰ ਹੋ ਗਏ ਨੇ ਤੇ ਉਦੋਂ ਜਿਹੜਾ ਕੋਈ 5-7 ਸਾਲ ਦਾ ਸੀਗਾ 10 ਸਾਲ ਦਾ ਸੀ ਉਹੀ ਗੱਲ ਦੱਸ ਸਕਦਾ ਵੀ ਉਦੋਂ ਕੀ ਮਾਹੌਲ ਸੀ ਕੀ ਗੱਲ ਸੀ ਤੇ ਅਸੀਂ ਵੀ ਕੋਸ਼ਿਸ਼ ਕਰ ਰਹੇ ਆਂ ਵੀ ਜਲਦੀ ਤੋਂ ਜਲਦੀ ਉਹਨਾਂ ਦੇ ਮੂੰਹੋਂ ਉਹ ਪਿਆਰ ਮੁਹੱਬਤ ਉਹ ਖੇਚ ਆਪਣੀ ਮਿੱਟੀ ਦੀ ਉਹ ਕਿਤਰਾ ਦੀ ਤਲਬ ਮਹਿਸੂਸ ਕਰਦੇ ਨੇ ਇੱਕ ਦੂਸਰੇ ਦੇ ਪ੍ਰਤੀ ਉਹਨੂੰ ਕੈਚ ਕਰ ਲਈਏ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਇਸ ਗੱਲ ਤੋਂ ਸਬਕ ਲੈਣ ਕਿ ਦੁਬਾਰਾ ਇਹੋ ਜਿਹਾ ਕਲਤੀ ਕਿਤੇ ਦੁਨੀਆ ਦੇ ਖਿੱਤੇ 'ਚ ਇਹ ਕੰਮ ਨਾ ਹੋਵੇ ਭਰਾ ਭਰਾਵਾਂ ਨਾਲ ਲੜਨਾ ਬਹੁਤ ਸ਼ੁਕਰੀਆ ਜੀ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ ਜਿਵੇਂ ਜਿਵੇਂ ਉਮੀਦ ਐਸੀ ਕੋਸ਼ਿਸ਼ ਦੇ ਨਾਲ ਅੱਗੇ ਵਧਦੇ ਆਂ ਉਮੀਦ ਕਰਦੇ ਆਂ ਸਾਡੇ ਇਸ ਪ੍ਰੋਗਰਾਮ ਦੀ ਵਜ੍ਹਾ ਨਾਲ ਜਿੰਨਾ ਲੋਕਾਂ ਤੱਕ ਸਾਡਾ ਇਹ ਮੈਸੇਜ ਪਹੁੰਚਾ ਹੈਗਾ ਉਸ ਇਸ ਮੈਸੇਜ ਨੂੰ ਸੁਣਨਗੇ ਵੀ ਤੇ ਦੂਜਿਆਂ ਤੱਕ ਵੀ ਪਹੁੰਚਾਉਣਗੇ ਇੱਕ ਵਧੀਆ ਗੱਲ ਜਿਹੜੀ ਹੈ ਦੂਜਿਆਂ ਤੱਕ ਪਹੁੰਚਾਉਣਾ ਵੀ ਸਾਡਾ ਫਰਜ਼ ਬਣਦਾ ਤੇ ਪਾਕਿਸਤਾਨ ਆ ਕੇ ਕੋਈ ਇਨਸਿਕਿਉਰਿਟੀ ਜਾਂ ਗੁਰੂਤਾਰਮਨ ਨੂੰ ਲੈ ਕੇ ਜਾਂ ਪਾਕਿਸਤਾਨ ਆ ਕੇ ਕੋਈ ਇਸ ਤਰ੍ਹਾਂ ਦੇ ਮਾਹੌਲ ਨਹੀਂ ਹੈ ਜਿਸ ਤਰ੍ਹਾਂ ਦਾ ਮੇਨ ਸਟਰੀਮ ਮੀਡੀਆ ਹੁੰਦਾ ਕਿ ਖੁਦਾ ਨਾ ਖਾਸ ਤਾਂ ਪਾਕਿਸਤਾਨ ਚ ਕਿਤੇ ਲਾਹੌਰ ਦੀਆਂ ਗਲੀਆਂ ਵਿੱਚ ਕੋਈ ਮੁੰਡੇ ਰਾਤ ਨੂੰ 9:30 10 ਦਾ ਟਾਈਮ ਤੇ ਆ ਤੁਸੀਂ ਵੇਖ ਸਕਦੇ ਹੋ ਮੈਂ ਪਹਿਲੀ ਗੱਲ ਦੁਬਾਰਾ ਦਹਰੋਣਾ ਕਿ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਇਸ ਤਰ੍ਹਾਂ ਦੀ ਗੱਲਬਾਤ ਆਪਾਂ ਕਰਦੇ ਆ ਕਿ ਜਿੰਨੇ ਲੋਕਾਂ ਤੱਕ ਪਹੁੰਚੇਗੀ ਜਿੰਨੇ ਲੋਕਾਂ ਤੱਕ ਸਾਡੀ ਗੱਲਬਾਤ ਪਹੁੰਚੇਗੀ ਕਿਤੇ ਨਾ ਕਿਤੇ ਥੋੜਾ ਬਹੁਤਾ ਸਾਡਾ ਹਿੱਸਾ ਇਸ ਗੱਲਬਾਤ ਦਾ ਉਹਨਾਂ ਦੇ ਜ਼ਿਹਨਾਂ ਤੱਕ ਅਸਰ ਕਰੇਗਾ ਉਹ ਨਫ਼ਰਤ ਦਾ ਜਿਹੜਾ ਇੱਕ ਖੌਲ ਆ ਉਹ ਨਫ਼ਰਤ ਦੀ ਜਿਹੜੀ ਧੂੜਿਆ ਨੂੰ ਉਡਾਉਣ ਚ ਅਸੀਂ ਆਪਣਾ ਹਿੱਸਾ ਪਾ ਸਕਾਂ ਪਾ ਸਕਿਆ ਸੋ ਇਸੇ ਹੀ ਉਮੀਦ ਇਸੇ ਹੀ ਕੋਸ਼ਿਸ਼ ਦੇ ਨਾਲ ਕਿ ਉਹ ਆਉਣ ਵਾਲਾ ਟਾਈਮ ਜਿਹੜਾ ਵਧੀਆ ਆਏਗਾ ਸਾਡੇ ਪੰਜਾਬਾਂ ਵਾਸਤੇ ਬਿਹਤਰ ਹੋਏਗਾ ਸਾਡੇ ਪਾਕਿਸਤਾਨ ਵਾਸਤੇ ਬਿਹਤਰ ਹੋਏਗਾ ਸਾਡੇ ਹਿੰਦੁਸਤਾਨ ਵਾਸਤੇ ਬਿਹਤਰ ਹੋਏਗਾ ਅੱਗੇ ਵਾਦਦੇ ਆ ਮਿਲਦੇ ਆ ਤੁਹਾਨੂੰ ਫਿਰ ਕਿਸੇ ਪ੍ਰੋਗਰਾਮ ਦੇ ਵਿੱਚ ਰੱਬ ਰੱਖੇ